الحمد لله الحمد لله الذي لم يتخذ ولدا ولم يكن له شريك في الملك ولم يكن له ولي من الذل وكبر تكبيرا اللهم صل على محمد وعلى آل محمد كما تحب وترضى. أعوذ بالله السميع العليم من الشيطان الرجيم. والذي جاء بالصدق وصدق به أولئك هم المتقون. واجب الاحترام سامعین محترم، اللہ احکم الحاکمین دی حمد و ثنا دے بعد بے شمار لا تعداد درود و سلام امام الانبیاء، امام الحرمین، سید الثقلین، شفیع المذنبین، رحمت للعالمین، جناب محمد الرسول اللہ صلی اللہ علیہ وسلم دی ذات گرامی دے، صاحبو اور عزیز ساتھیو، اج دا عظیم الشان اجتماع اور پروگرام جس دے اندر تسی حضرات اللہ دی توفیق نال
ਬੜੀ ਕਸਰਤ ਦੇ ਨਾਲ ਤਸ਼ਰੀਫ ਫਰਮਾ ਹੋ। ਔਰ ਇਨਸ਼ਾਅੱਲਾਹੁ ਰਹਿਮਾਨ ਰਾਤ ਗਏ ਤੱਕ ਕੁਰਾਨ ਓ ਸੁਨਤ ਦੀ ਬਾਰਿਸ਼ ਬਰਸਦੀ ਰਹੇਗੀ। ਖੁਸ਼ਬਖਤ ਔਰ ਖੁਸ਼ ਨਸੀਬ ਉਹ ਲੋਕ ਨੇ ਕਿ ਜੋ ਉਲਮਾਏ ਕਿਰਾਮ ਦੇ ਇਨ ਬਿਆਨਾਤ ਨੂੰ ਔਰ ਕਿਤਾਬ ਓ ਸੁਨਤ ਦੇ ਇਹਨਾਂ ਮੋਤੀਆਂ ਨੂੰ ਆਪਣੇ ਗਲੇ ਦਾ ਹਾਰ ਔਰ ਇਹਨਾਂ ਫੁੱਲਾਂ ਨੂੰ ਆਪਣੇ ਦਾਮਨਾਂ ਦੀ ਜ਼ੀਨਤ ਬਣਾ ਕੇ ਲੈ ਜਾਣਗੇ। ਅੱਲਾ ਆਪਣੇ ਫਜ਼ਲੋ ਰਹਿਮਤ ਦੇ ਨਾਲ ਉਲਮਾਏ ਕਿਰਾਮ ਦਾ ਬਿਆਨ ਕਰਨਾ ਔਰ ਤੁਸਾਂ ਹਜ਼ਰਾਤ ਦਾ ਸਮਾਤ ਫਰਮਾਉਣਾ ਆਪਣੇ ਦਰਬਾਰ ਅੰਦਰ ਮਕਬੂਲ ਓ ਮਨਜ਼ੂਰ ਫਰਮਾਏ ਔਰ ਸਾਡੇ ਸਾਰਿਆਂ ਦੀ ਨਿਜਾਤ ਦਾ ਜ਼ਰੀਆ ਔਰ ਸਬਬ ਬਣਾਏ। ਅੱਲਾ ਖਾਲਿਕ ਓ ਮਾਲਿਕ ਨੇ ਸਾਰੀ ਔਲਾਦ ਆਦਮ ਚੋਂ ਹਜ਼ਰਾਤ ਅੰਬਿਆ ਅਲੈਹਿਮ ਸਲਾਤੁ ਵਸਲਾਮ ਨੂੰ ਬੜੀ ਕਸਰਤ ਦੇ ਨਾਲ ਮਬਊਸ ਫਰਮਾਇਆ ਔਰ ਸਭ ਨਾਲੋਂ ਅਜ਼ੀਮ ਮਨਸਬ ਔਰ ਮਰਤਬਾ ਅਤਾ ਫਰਮਾਇਆ। ਤਮਾਮ ਅੰਬਿਆ ਅਲੈਹਿਮ ਸਲਾਮ ਚੋਂ ਆਮਿਨਾ ਦੇ ਲਾਲ ਹਜ਼ਰਤ ਮੁਹੰਮਦੁਰ ਰਸੂਲੁੱਲਾਹ ਅਲੈਹਿ ਸਲਾਤੁ ਵਸਲਾਮ ਨੂੰ ਅਫਜ਼ਲੋ ਆਲਾ ਔਰ ਬਿਹਤਰੋ ਬਰਤਰ ਬਣਾ ਕੇ ਮਬਊਸ ਫਰਮਾਇਆ। ਬੇਐਨ ਹੀ ਇਸ ਤਰ੍ਹਾਂ ਅੰਬਿਆ ਅਲੈਹਿਮ ਸਲਾਮ ਦੇ ਬਾਅਦ ਸਹਾਬਾ ਕਿਰਾਮ ਰਿਜ਼ਵਾਨੁੱਲਾਹ ਅਲੈਹਿਮ ਅਜਮਾਈਨ ਉਹਨਾਂ ਨੂੰ ਅੱਲਾਹ ਨੇ ਪਿਆਰੇ ਪੈਗੰਬਰ ਅਲੈਹਿ ਸਲਾਮ ਦੀ ਸੋਹਬਤ ਆਪ ਦੀ ਗੁਲਾਮੀ ਆਪ ਦੀ ਮਜਾਲਿਸ ਔਰ ਆਪ ਦੀ ਮਹਾਫਿਲ ਦੇ ਅੰਦਰ ਬੈਠਣਾ ਨਸੀਬ ਫਰਮਾਇਆ। ਮੇਰੇ ਭਾਈਓ ਮੇਰੇ ਬਰਾਦਰ ਆਮ ਅਸੀਂ ਆਪਣੇ ਮਾਸ਼ਰੇ ਦੇ ਅੰਦਰ ਨਜ਼ਰ ਦੌੜਾਈਏ ਜਿਸ ਆਦਮੀ ਦਾ ਬਹਿਣਾ ਖਲੋਣਾ ਨਿਮਾਜ਼ੀ ਲੋਕਾਂ ਕੋਲ ਹੋ ਜਾਏ ਉਹਦਾ ਉੱਠਣਾ ਬੈਠਣਾ ਉਲਮਾਏ ਕਿਰਾਮ ਨਾਲ ਹੋ ਜਾਏ ਉਹਦਾ ਆਨ ਜਾਨ ਕਿਤਾਬ ਓ ਸੁਨਤ ਦੇ ਹਾਮਿਲੀਨ ਉਲਮਾਏ ਕਿਰਾਮ ਕੋਲ ਹੋ ਜਾਏ। ਅਸੀਂ ਆਨੇ ਆ ਚਲੋ ਬੰਦਾ ਹੈ ਤੇ ਗੁਨਾਹਗਾਰ ਜੇ ਹੈ ਲੇਕਿਨ ਬੜਾ ਖੁਸ਼ ਨਸੀਬ ਏ ਇਹਦਾ ਬਹਿਣਾ ਖਲੋਣਾ ਉਲਮਾਏ ਕਿਰਾਮ ਕੋਲ ਏ ਉਲਮਾ ਦੀ ਮਹਾਫਿਲ ਦੇ ਅੰਦਰ ਮਜਾਲਸ 'ਚ ਬੈਠਦਾ ਕਲਾਸ ਵਾਲੇ ਵਾਲੋ ਇਰਦਾ ਗਿਰਾ ਤੋਂ ਆਉਣ ਵਾਲੇ ਹੋ ਕਿਤਾਬ ਓ ਸੁਨਤ ਦਿਓ ਪਰਵਾਨੇ ਹੋ ਇਹ ਵਾਕਿਆ ਤਨ ਬੜੇ ਏਜ਼ਾਜ਼ ਦੀ ਬਾਤ ਏ ਲੇਕਿਨ ਤੁਸੀਂ ਤਸੱਵਰ ਕਰੋ ਕਿ ਉਹਨਾਂ ਦੀ ਅਜ਼ਮਤ ਦੇ ਕਿਆ ਕਹਿਣੇ ਜਿਹੜੇ ਮੁਸਤਫਾ ਦੀ ਬਹਿਨੀ ਬਹਿ ਗਏ ਸੱਲ ਅੱਲਾਹ ਹੋ ਕਹਿ ਦਿਓ ਜ਼ਰਾ ਸੱਲ ਅੱਲਾਹ ਹੋ
ਉਹਨਾਂ ਖੁਸ਼ ਨਸੀਬਾਂ ਦੀ ਕਿਸਮਤ ਦੇ ਕਿਆ ਕਹਿਣੇ ਜਿਹੜੇ ਮਹਬੂਬੇ ਖੁਦਾ ਦੀ ਬਹਿਨੀ ਬਹਿ ਗਏ, ਇਮਾਮ ਉਲ ਅੰਬਿਆ ਦੀ ਮਜਲਸ 'ਚ ਬਹਿ ਗਏ, ਮੁਹੰਮਦ ਮੁਸਤਫਾ ਦੀ ਮਹਾਫਿਲ ਦੇ ਅੰਦਰ ਅੱਲਾ ਨੇ ਬੈਠਣ ਦਾ ਮੌਕਾ ਮੁਯੱਸਰ ਫਰਮਾਇਆ। ਮੇਰੇ ਭਾਈਓ, ਮੇਰੇ ਬਰਾਦਰ, ਹੈ ਸਾਰੇ ਹੀ ਬੜੀ ਅਜ਼ਮਤ ਵਾਲੇ, ਬੜੇ ਸ਼ਾਨ ਵਾਲੇ, ਆਲਾ ਮਕਾਮ ਵਾਲੇ, ਉੱਚੇ ਮਰਾਤਿਬ ਔਰ ਮੁਨਾਸਿਬ ਵਾਲੇ, ਲੇਕਿਨ ਕਾਇਨਾਤ ਦੇ ਰੱਬ ਨੇ ਇਨ ਸਾਰੇ ਜਾ ਨਿਸਾਰਾਂ ਨੇ ਮੁਸਤਫਾ ਚੋਂ ਆਮਿਨਾ ਦੇ ਲਾਲ ਨੂੰ ਇੱਕ ਯਾਰ ਐਸਾ ਅਤਾ ਫਰਮਾਇਆ, ਇੱਕ ਗਮ ਗੁਸਾਰ ਐਸਾ ਅਤਾ ਫਰਮਾਇਆ, ਇੱਕ ਸਾਹਿਬ ਕਿਰਦਾਰ ਐਸਾ ਅਤਾ ਫਰਮਾਇਆ ਕਿ ਜਿਹਨੂੰ ਮੈਂ ਤਾਰੀਖ ਇਸਲਾਮ 'ਚੋਂ ਅਗਰ ਕੱਢ ਦਿਆਂ, ਇਸਲਾਮ ਦੀ ਤਾਰੀਖ ਦੀ ਇਬਤਦਾ ਨਹੀਂ ਹੁੰਦੀ, ਮੈਂ ਤਾਰੀਖ ਇਸਲਾਮ 'ਚੋਂ ਅਗਰ ਉਸ ਹਸਤੀ ਨੂੰ ਨਿਕਾਲ ਦਿਆਂ, ਇਸਲਾਮ ਦੀ ਤਾਰੀਖ ਸ਼ੁਰੂ ਨਹੀਂ ਹੁੰਦੀ। ਔਰ ਉਹ ਅਜ਼ੀਮ ਸ਼ਖਸੀਅਤ ਸੈਯਦਨਾ ਜਨਾਬ ਅਬੂ ਬਕਰ ਸਿੱਦੀਕ ਰਜ਼ੀ ਅੱਲਾਹ ਤਾਲਾ ਅਨ, ਹਜ਼ਰਤ ਆਸਮ ਸਾਹਿਬ ਨੇ ਸੈਯਦਾ ਸਿੱਦੀਕਾ ਦਾ ਤਜ਼ਕਿਰਾ ਫਰਮਾਇਆ, ਔਰ ਮੈਂ ਸੈਯਦਾ ਦੇ ਅੱਬੂ ਜਾਨ ਜਨਾਬ ਸਿੱਦੀਕ ਅਕਬਰ ਰਜ਼ੀ ਅੱਲਾਹ ਤਾਲਾ ਅਨ ਹੋ ਦਾ ਤਜ਼ਕਿਰਾ ਕਰਾਂ। ਅੱਲਾਹ ਦੇ ਕੁਰਾਨ ਚੋਂ, ਸਾਹਿਬ ਕੁਰਾਨ ਦੇ ਫਰਾਮੀਨ ਦੀ ਰੋਸ਼ਨੀ ਚੋਂ, ਔਰ ਆਈਏ ਜ਼ਰਾ ਬੜੇ ਸ਼ੌਕ ਤੇ ਬੜੀ ਮੁਹੱਬਤ ਦੇ ਨਾਲ ਸਮਾਤ ਫਰਮਾਉਣ ਜੋ ਬਾਤ ਮੈਂ ਤੁਹਾਡੇ ਗੋਸ਼ ਗੁਜ਼ਾਰ ਕਰਨਾ ਚਾਹੁੰਦਾ। ਕੁਰਾਨ ਦੀ ਤਰਤੀਬ ਵੇਖ ਲਓ, ਪਿਆਰੇ ਪੈਗੰਬਰ ਅਲੀ ਸਲਾਮ ਦੀ ਜ਼ਬਾਨ ਨਬੂਵਤ ਦੀ ਤਰਤੀਬ ਵੇਖ ਲਓ, ਬਲਕਿ ਮੈਂ ਇੱਕ ਕਦਮ ਔਰ ਇਸ ਤੋਂ ਅੱਗੇ ਜਾਣਾ। ਮੈਂ ਨਾ ਦੁਸ਼ਮਨਾਂ ਨੇ ਇਸਲਾਮ ਦੀ ਜ਼ਬਾਨ ਤੋਂ ਨਿਕਲੇ ਅਲਫਾਜ਼ ਦੀ ਤਰਤੀਬ ਵੇਖ ਲਓ। ਨਬੂਵਤ ਦੇ ਬਾਅਦ ਅੱਲਾਹ ਨੇ ਨੰਬਰ ਸਦਾਕਤ ਦਾ ਰੱਖਿਆ, ਨਬੂਵਤ ਦੇ ਬਾਅਦ ਨੰਬਰ ਕਾਹਦਾ? ਹੌਲੀ ਹੌਲੀ ਬੋਲਿਆ ਜੇ, ਕਾਹਦਾ? ਔਰ ਨਬੂਵਤ ਦੇ ਬਾਅਦ ਨੰਬਰ ਕਾਹਦਾ? ਸਦਾਕਤ ਦਾ ਨੰਬਰ ਹੈ। ਇਹੀ ਬਾਤ ਮੈਂ ਬੜੇ ਥੋੜੇ ਵਕਤ ਅੰਦਰ ਔਰ ਬੜੇ ਇਖਤਸਾਰ ਨਾਲ ਤੁਹਾਡੇ ਗੋਸ਼ ਗੁਜ਼ਾਰ ਕਰਨਾ ਚਾਹੁੰਦਾ। ਕੁਰਾਨ ਦੀ ਤਰਤੀਬ ਜ਼ੇਨ 'ਚ ਰੱਖਿਆ ਦੇ, ਨਬੂਵਤ ਦੇ ਬਾਅਦ ਅੱਲਾਹ ਨੇ ਸਦਾਕਤ ਦਾ ਮਨਸਬ ਔਰ ਸਦਾਕਤ ਦਾ ਨੰਬਰ ਰੱਖਿਆ। ਆਓ ਜ਼ਰਾ ਅੱਲਾਹ ਦੇ ਕੁਰਾਨ ਦੇ ਅਲਫਾਜ਼ ਤੇ ਗੌਰ ਫਰਮਾਈਏ। ਅੱਲਾਹ ਜ਼ੁਲ ਜਲਾਲ ਫਰਮਾਉਂਦੇ ਨੇ, ਏ ਮੇਰੇ ਮਹਿਬੂਬ ਪੈਗੰਬਰ ਜਨਾਬ ਮੁਹੰਮਦ ਅਲੈਹ ਸਲਾਤੋ ਵਸਲਾਮ, ਆਪਣੀ ਜ਼ਬਾਨ ਨਬੂਵਤ ਤੋਂ ਐਲਾਨ ਫਰਮਾ ਦਿਓ, ਵੱਲਜ਼ੀ ਜਾ ਬਿਸਿਦਕੇ ਵਸਦਕਾ ਬਿਹੀ ਔਲਾਇਕਾ ਹੁਮੁਲ ਮੁਤਕੂਨ। ਸੱਚ ਲੈ ਕੇ ਆਉਣ ਵਾਲੀ ਹਸਤੀ, ਇਹਦੇ ਤੋਂ ਮੁਰਾਦ ਆਮਿਨਾ ਦੇ ਦੁਰੇ ਯਤੀਮ ਅਲੈਹ ਸਲਾਮ ਨੇ, ਔਰ ਸੱਚ ਦੀ ਤਸਦੀਕ ਕਰਨ ਵਾਲੀ ਹਸਤੀ ਉਹ ਸੈਯਦਨਾ ਜਨਾਬ ਅਬੂ ਬਕਰ ਸਿੱਦੀਕ ਦੀ ਹਸਤੀ ਹੈ ਰਜ਼ੀ ਅੱਲਾਹ ਤਾਲਾ ਅਨਹੁ। ਪਰਵਾਨਿਓ, ਕੁਰਾਨ ਦਾ ਦੂਸਰਾ ਮਕਾਮ ਜ਼ਰਾ ਸਮਾਤ ਫਰਮਾਨਾ। ਅੱਲਾਹ ਜ਼ੁਲ ਜਲਾਲ ਫਰਮਾਉਂਦੇ ਨੇ, ਵਾਮਈ ਯੁਤ ਇਲਾਹ ਵਰ ਰਸੂਲ। ਤਰਤੀਬ ਅੱਜ ਬਾਰ ਬਾਰ ਮੇਰੇ ਕਹਿਣ ਦਾ ਮਕਸਦ ਇਹ ਵੇ, ਤਰਤੀਬ ਆਪਣੇ ਦਿਲੋਂ ਦਿਮਾਗ ਤੇ ਤੁਸਾਂ ਲਿਖ ਕੇ ਲੈ ਜਾਣੀ ਹੈ ਤੇ ਮੁਨਕਿਸ ਕਰਨੀ ਹੈ। ਅੱਲਾਹ ਜ਼ੁਲ ਜਲਾਲ ਫਰਮਾਉਂਦੇ ਨੇ, ਵਾ ਮਈਯੁਤ ਇਲਾਹ ਵਰ ਰਸੂਲ ਫਾਉਲਾਇਕਾ ਮਅਲਜ਼ੀਨਾ ਅਨਅਮ ਅੱਲਾਹੁ ਅਲੈਹਿਮ ਮਿਨ ਨਬ
النبيين والصديقين والشهداء والصالحين وحسن أولئك رفيقا. اللہ ذل جلال دے قرآن دے ایک ایک لفظ تے ذرا غور کریا دے. اللہ ذل جلال فرما دے نے جن اللہ دی اطاعت کر لے, اللہ دے پیارے رسول علیہ السلام دی اطاعت کیتے, فَأُولَئِكَ مَعَ الَّذِينَ أَنْعَمَ اللَّهُ عَلَيْهِمْ. اسی انہاں لوگاں نوں انہاں انعام یافتہ لوگاں دا ساتھ عطا کرانگے. ہن اسی ہر نماز دے اندر سورہ فاتحہ دی تلاوت کرنے, اللہ توفیق عطا فرما دے. آمین تے کہہ دیو. اوے پڑھنی تسا اپنی مرضی نالے, آمین تے کہہ دیو. اللہ فاتحہ پڑھن دی توفیق عطا فرمائے, کیونکہ میرے آقا علیہ الصلوۃ والسلام دا فرمانے گرامی ہے. ہر نماز, اور نماز فجر دی ہوئے, نماز ظہر دی ہوئے, نماز عصر دی ہوئے, نماز مغرب دی ہوئے, نماز عشاء دی ہوئے, نماز تہجد دی ہوئے, نماز اشراق دی ہوئے, نماز جمعے دی ہوئے, نماز جنازے دی ہوئے, پیغمبر دا فرمانے گرامی ہے. آپ فرمان دے نے لا صلاۃ لمن لم یقرا, لا صلاۃ لمن لم یقرا بفاتحۃ الکتاب. پیارے پیغمبر علیہ السلام دا فرمانے گرامی, او نماز نماز ہی نہیں جس نماز دے اندر فاتحہ نہیں پڑھی جاندے. ہر نماز دے اندر اسی اللہ کولو ایک سوال کرنے آن, ہاتھ بننے نے تے زبان تو کہہ رہے ہیں الحمدللہ رب العالمین الرحمن الرحیم مالک یوم الدین ایاک نعبد و ایاک نستعین اهدنا الصراط المستقیم. اور اگے دعا کی کرنے ہیں, صراط الذین انعمت علیہم. اللہ اونا لوگاں دا سانو رستہ دکھانا, اونا لوگاں دے رائے پانا جنہاں تے سونے تو انعامات فرمائنے. سبحان اللہ. اور انعام یافتہ لوگ کون نے؟ من النبیین, نبیاں دا ساتھ نصیب ہو جائے. میں قربان جاواں صدقے جاواں, ذرا اندازہ تے کرو نا, ایتھے تے جناب جدا مکان جدی کوٹھی کسے علاقے دے چیئرمین تے ناظم دے لاگے ہوئے, جنہ دا مکان ایم پی اے دی کوٹھی دے لاگے ہوئے, کسے ایم این اے دے کوٹھی دے لاگے ہوئے, اوہی نہیں کتے سنبھالیا جاندا. واندا بادشاہ اسی ایم پی اے دے گوانڈ رہنے آ, اسی ایم این اے دے گوانڈ رہنے آ. اور سنیو انہاں دی قسمت تے مقدر دے کیا کہنے کہ جنہاں نو رب جنت دے اندر آمینہ دے لال دا ساتھ عطا فرما دین. اللہ فرمان دے نے فَأُولَئِكَ مَعَ الَّذِينَ أَنْعَمَ اللَّهُ عَلَيْهِمْ مِنَ النَّبِيِّينَ
ਦਿਨ ਬਲਕੇ ਮੈਂ ਕੁਰਬਾਨ ਜਾਵਾਂ ਇੱਕ ਦਿਨ ਮੇਰੇ ਤੇ ਤੁਹਾਡੇ ਪੀਰੋ ਮੁਰਸ਼ਦ ਆਮਿਨਾ ਦਿਲਾਲ ਇਮਾਮੁਲ ਅੰਬਿਆ ਹਬੀਬੇ ਖੁਦਾ ਮਹਿਬੂਬੇ ਕਿਬਰਿਆ ਹਜ਼ਰਤ ਮੁਹੰਮਦੁਰ ਰਸੂਲੁਲਾਹ ਸੱਲੱਲਾਹੁ ਅਲੈਹਿ ਸਲਾਤੁ ਵਸਲਾਮ ਅੱਲਾਹ ਜਿੱਥੇ ਤੇਰੇ ਪਾਕ ਪੈਗੰਬਰ ਲੇਟੇ ਨੇ ਉਹਨਾਂ ਦੇ ਰੋਜ਼ਾ ਪਾਕ ਤੇ ਰਹਿਮਤ ਦੀਆਂ ਬਾਰਿਸ਼ਾਂ ਨਾਜ਼ਲ ਫਰਮਾਨ ਮੁਸਤਫਾ ਅਲੈਹਿ ਸਲਾਮ ਰਾਤ ਵੇਲੇ ਉੱਠੇ ਔਰ ਵਾ ਨਬੀ ਦਿਓ ਪਰਵਾਨਿਓ ਗੁਲਾਮੋ ਤੁਹਾਡੀ ਅਜ਼ਮਤ ਤੋਂ ਮੈਂ ਕੁਰਬਾਨ ਜਾਵਾਂ ਔਰ ਇਹ ਸਾਰੀ ਰਾਤ ਮੇਰੇ ਆਕਾ ਦਾ ਇੰਤਜ਼ਾਰ ਹੀ ਨਬੀ ਦਾ ਸਿਹਾਬੀ ਕਰਦਾ ਰਿਹਾ ਆਮਿਨਾ ਦੇ ਲਾਲ ਅਲੈਹਿ ਸਲਾਤੁ ਵਸਲਾਮ ਨਮਾਜ਼ੇ ਤਹੱਜਦ ਵਾਸਤੇ ਉੱਠੇ ਨੇ ਆਪ ਕਜ਼ਾਏ ਹਾਜਤ ਵਾਸਤੇ ਤਸ਼ਰੀਫ ਲੈ ਜਾਣਾ ਚਾਹੁੰਦੇ ਨੇ ਇਹਨੇ ਜਲਦੀ ਨਾਲ ਪਾਣੀ ਵਾਲਾ ਬਰਤਨ ਪਕੜਿਆ ਮੇਰੇ ਪਾਕ ਪੈਗੰਬਰ ਅਲੈਹਿ ਸਲਾਮ ਨੂੰ ਬਰਤਨ ਪਾਣੀ ਵਾਲਾ ਪੇਸ਼ ਕਰਦਾ ਹੈ ਪਿਆਰੇ ਪੈਗੰਬਰ ਅਲੈਹਿ ਸਲਾਮ ਕਜ਼ਾਏ ਹਾਜਤ ਤੋਂ ਫਾਰਗ ਹੋਏ ਹੁਣ ਅੱਲਾਹ ਦੇ ਪਾਕ ਨਬੀ ਵੁਜ਼ੂ ਦਾ ਇਰਾਦਾ ਫਰਮਾਉਂਦੇ ਨੇ ਇਹ ਜਲਦੀ ਨਾਲ ਪਾਣੀ ਲੈ ਕੇ ਵੁਜ਼ੂ ਕਰਵਾਉਣ ਲਈ ਮੇਰੇ ਪਾਕ ਪੈਗੰਬਰ ਅਲੈਹਿ ਸਲਾਮ ਦੇ ਕੋਲ ਆਇਆ ਅੱਲਾਹ ਦੇ ਪਾਕ ਪੈਗੰਬਰ ਅਲੈਹਿ ਸਲਾਮ ਨੂੰ ਵੁਜ਼ੂ ਕਰਵਾਉਂਦਾ ਆਕਾ ਵੁਜ਼ੂ ਤੋਂ ਫਾਰਗ ਹੋਏ ਤੇ ਮੇਰੇ ਆਕਾ ਫਰਮਾਉਂਦੇ ਨੇ ਉਹ ਪਰਵਾਨਿਆ ਕੁਝ ਮੰਗ ਲੈ ਕੁਝ ਉਹ ਬੋਲੋ ਕੁਝ ਕੁਝ ਮੰਗ ਲੈ ਮੈਂ ਕਹਾ ਕਰਨਾ ਵਾ ਉਹ ਮੇਰੀ ਕੌਮ ਦੇ ਨੌਜਵਾਨੋ ਵਡੇਰਿਆਂ ਦੀ ਕਦਰ ਕਰਿਆ ਕਰੋ ਬਜ਼ੁਰਗਾਂ ਦਾ ਅਦਬ ਕਰਿਆ ਕਰੋ ਇਹਨਾਂ ਦਾ ਹਯਾ ਕਰਿਆ ਕਰੋ ਇਹਨਾਂ ਦਾ ਇਹਤਰਾਮ ਕਰਿਆ ਕਰੋ ਇਹਨਾਂ ਦੀਆਂ ਦਾੜੀਆਂ ਨਾ ਨੌਲਿਆ ਕਰੋ ਇਹਨਾਂ ਦੀਆਂ ਪਗੜੀਆਂ ਨਾ ਉਛਾਲਿਆ ਕਰੋ ਇਹਨਾਂ ਦੀ ਇੱਜ਼ਤ ਨੂੰ ਨਾ ਰਗੇਦਣ ਦੀ ਕੋਸ਼ਿਸ਼ ਕਰਿਆ ਕਰੋ ਉਹ ਮੇਰੇ ਭਾਈ ਮੇਰੇ ਬਰਾਦਰ ਵਡੇਰਿਆਂ ਦੀ ਬਜ਼ੁਰਗਾਂ ਦੀ ਕਦਰ ਕਰ ਹਯਾ ਕਰ ਉਹਨਾਂ ਦੀ ਖਿਦਮਤ ਕਰੇਗਾ ਤੇ ਧੱਕੇ ਨਾਲ ਉਹਨਾਂ ਦੇ ਦਿਲੋਂ ਦੁਆਵਾਂ ਪਈਆਂ ਨਿਕਲਦੀਆਂ ਨੇ ਧੱਕੇ ਨਾਲ ਮੈਂ ਤੇ ਕਹਾ ਕਰਨਾ ਦੂਰ ਨਾ ਜਾਓ ਇਸ ਸੜਕ ਤੇ ਖਲੋਤੇ ਕੋਈ ਵਡੇਰੇ ਮਾਂ ਜੀ ਹੋਣ ਵਡੇਰੇ ਬਜ਼ੁਰਗ ਹੋਣ ਬਾਬਾ ਜੀ ਉਹਨਾਂ ਨੂੰ ਬਾਹੋਂ ਫੜ ਕੇ ਸੜਕ ਪਾਰ ਕਰਾ ਦਿਓ ਉਹ ਦੁਆਵਾਂ ਦੇ ਢੇਰ ਲਾ ਦੇਣਗੇ ਅੱਲਾ ਤੈਨੂੰ ਮਦੀਨੇ ਲੈ ਜਾ ਅੱਲਾ ਤੈਨੂੰ ਮੱਕੇ ਲੈ ਜਾ ਅੱਲਾ ਤੈਨੂੰ ਹੱਜ ਕਰਾ ਦੇ ਉਹ ਦੁਆਵਾਂ ਦੇ ਢੇਰ ਲਾ ਦੇਣਗੇ ਮੇਰੇ ਪਾਕ ਪੈਗੰਬਰ ਅਲੈਹਿ ਸਲਾਤੁ ਵਸਲਾਮ ਫਰਮਾਉਂਦੇ ਨੇ ਉਹ ਪਰਵਾਨਿਆ ਇੰਨੀ ਖਿਦਮਤ ਕੀਤੀ ਆ ਕੁਝ ਮੰਗ ਲੈ ਮੈਂ ਤੇਰੇ ਵਾਸਤੇ ਅੱਲਾ ਕੋਲੋਂ ਦੁਆਈ ਕਰ ਛੜਾ ਸੁਭਾਨ ਅੱਲਾ ਮੇਰੇ ਪਾਕ ਪੈਗੰਬਰ ਅਲੈਹਿ ਸਲਾਮ ਦਾ ਖਾਦਮ ਤੇ ਗੁਲਾਮ ਨਾ ਪੈਸਾ ਮੰਗਣਾ ਚਾਹੁੰਦਾ ਤੇ ਮੰਗ ਸਕਦਾ ਸੀ ਦੌਲਤਾਂ ਦਾ ਸਵਾਲ ਕਰਦਾ ਤੇ ਕਰ ਸਕਦਾ ਸੀ ਦੁਨੀਆ ਦੇ ਸੀਮੋ ਜ਼ਰ ਦਾ ਮੁਤਾਲਬਾ ਕਰਦਾ ਤੇ ਕਰ ਸਕਦਾ ਸੀ ਹਜ਼ੂਰ ਹੱਥ ਬੜਾ ਤੰਗ ਹੈ ਅੱਲਾ ਕੋਲੋਂ ਦੁਆ ਕਰੋ ਕੋਈ 4% ਵੱਧ ਦੇ ਛੜੇ ਹਜ਼ੂਰ ਖਾਣ ਨੂੰ ਹੀ ਚੱਜਦੀ ਰੋਟੀ ਕੋਈ ਨਹੀਂ ਰਹਿਣ ਵਾਸਤੇ ਮਕਾਨ ਕੋਈ ਨਹੀਂ ਹਜ਼ੂਰ ਕੋ ਆਲੀ ਸ਼ਾਨ ਮਕਾਨ ਮਿਲ ਜਾਏ ਕੋਈ ਆਲਾ ਕਿਸਮ ਦੀ ਰਹਿਣ ਦੀ ਰਿਹਾਇਸ਼ ਗਾਹ ਮਿਲ ਜਾਏ ਨਾ 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 ਓਏ ਪੈਗੰਬਰ ਦੇ ਤਰਬੀਅਤ ਯਾਫਤਾ ਨੇ ਜਿਨ੍ਹਾਂ ਨੂੰ ਮਾਲੋ ਮਨਾਲ ਦੀ ਨਹੀਂ ਅਰਜ਼ ਕਰਦੇ ਨੇ ਸੋਹਣਿਆ ਜੇ ਮੰਗਣ ਹੀ ਲੱਗੇ ਹੋ ਤੇ ਦੁਆ ਕਰੋ ਅੱਲਾ ਮੈਨੂੰ ਜੰਨਤ ਵਿੱਚ ਤੁਹਾਡਾ ਸਾਥ ਨਸੀਬ ਫਰਮਾ ਦੇਵੇ ਅੱਲਾ ਅੱਲਾ ਸੋਹਣਿਆ ਜੇ ਮੰਗਣ ਹੀ ਲੱਗੇ ਹੋ ਤੇ ਦੁਆ ਫਰਮਾ ਦਿਓ ਅੱਲਾ ਮੈਨੂੰ ਜੰਨਤ ਵਿੱਚ ਤੁਹਾਡਾ ਸਾਥ ਨਸੀਬ ਫਰਮਾ ਦੇਵੇ ਯਾਨੀ ਮੇਰੇ ਪਾਕ ਪੈਗੰਬਰ ਅਲੈਹਿ ਸਲਾਤੁ ਵਸਲਾਮ ਦਾ ਸਾਥ ਜਿਹੜਾ ਬਹੁਤ ਬੜੀ ਸਾਦਤ ਤੇ ਬੜੀ ਖੁਸ਼ ਨਸੀਬੀ ਹੈ ਅੱਲਾ ਫਰਮਾਉਂਦੇ ਨੇ ਫਾ ਓਲਾਇਕਾ ਮਾ ਅਲਜ਼ੀਨਾ ਅਨਅਮ ਅੱਲਾਹੁ ਅਲੈਹਿਮ ਮਿਨਨ ਨਬੀਨਾ ਵਸਿੱਦੀਕੀਨਾ ਵਸ਼ੋਹਦਾ ਵਸਾਲਹੀਨ ਵਹਾਸੋਨਾ ਓਲਾਇਕਾ ਰਫੀਕਾ
ਅੱਲਾ ਉਹਨਾਂ ਨੂੰ ਨਬੀਆਂ ਦਾ ਸਿੱਦੀਕਾਂ ਦਾ ਸਾਥ ਅਤਾ ਫਰਮਾਣਗੇ। ਗੱਲ ਫਿਰ ਉਹੋ ਹੀ ਹੈ, ਤਰਤੀਬ ਕੀ ਹੈ? ਪਹਿਲਾ ਨੰਬਰ ਨਬੂਵਤ ਦਾ ਹੈ, ਦੂਸਰਾ ਨੰਬਰ ਸਦਾਕਤ ਦਾ ਹੈ। ਮੈਂ ਕੁਰਬਾਨ ਜਾਵਾਂ, ਇੰਜ ਮੈਦਾਨ ਹੈ ਉਹ ਦੇ ਅੰਦਰ ਮੇਰੇ ਪਾਕ ਪੈਗੰ ਬਹਿ ਜਾਓ ਕਾਕਾ ਬਹਿ ਉੱਥੇ ਬੈਠ ਪਿਆਰੇ ਪੈਗੰਬਰ ਅਲੈਹਿ ਸਲਾਤ ਤਮਾਸ਼ਾ ਨਾ ਬਣਾਇਆ ਕਰੋ, ਪਿਆਰੇ ਮੁਸਤਫਾ ਅਲੈਹਿ ਸਲਾਤ ਵਸਲਾਮ ਦੇ ਸਹਾਬਾ ਇੰਜ ਮੈਦਾਨ ਉਹਦ ਦੇ ਅੰਦਰ ਤਸ਼ਰੀਫ ਫਰਮਾਨ। 70 ਸਹਾਬਾ ਮੇਰੇ ਆਕਾ ਅਲੈਹਿ ਸਲਾਤ ਵਸਲਾਮ ਦੇ ਜਾਮੇ ਸ਼ਹਾਦਤ ਨੋਸ਼ ਫਰਮਾ ਚੁੱਕੇ ਨੇ। ਬਹੁਤ ਸਾਰੇ ਸਹਾਬਾ ਸ਼ਿੱਦਤ ਦੇ ਜ਼ਖਮੀ ਹੋ ਚੁੱਕੇ ਨੇ। ਖੁਦ ਮੇਰੇ ਪਾਕ ਪੈਗੰਬਰ ਅਲੈਹਿ ਸਲਾਤ ਵਸਲਾਮ ਆਪ ਦੀ ਆਪਣੀ ਹਾਲਤ ਕੈਫੀਅਤ ਇਹ ਵੇ, ਉਹ ਲੋਹੇ ਦਾ ਖੌਦ ਜਿਹੜਾ ਮੇਰੇ ਪਾਕ ਨਬੀ ਨੇ ਆਪਣੇ ਸਰ ਮੁਬਾਰਕ ਤੇ ਪਹਿਨਿਆ ਹੋਇਆ, ਇੱਕ ਬਦਬਖਤ ਨੇ ਵਾਰ ਕੀਤਾ ਉਸ ਲੋਹੇ ਦੇ ਖੌਦ ਦੀਆਂ ਕੜੀਆਂ ਮੇਰੇ ਪਾਕ ਪੈਗੰਬਰ ਦੀਆਂ ਕੰਨ ਪੱਟੀਆਂ ਦੇ ਅੰਦਰ ਖੁੱਭ ਜਾਂਦੀਆਂ ਨੇ। ਅੱਲਾਹ ਮੇਰੀ ਤੌਬਾ, ਕਲਾਸ ਵਾਲੇ ਵਾਲਿਓ ਇੱਕ ਮਸਲਾ ਹੋਰ ਵੀ ਸਮਝ ਕੇ ਲੈ ਜਾਓ, ਅਜ਼ਾਬ ਤੇ ਕਾਫਰਾਂ ਨੂੰ ਵੀ ਬੜਾ ਹੋਏਗਾ, ਅਜ਼ਾਬ ਤੇ ਮੁਸ਼ਰਕਾਂ ਨੂੰ ਵੀ ਬੜਾ ਹੋਏਗਾ, ਅਜ਼ਾਬ ਤੇ ਮੁਨਾਫਕਾਂ ਨੂੰ ਵੀ ਬੜਾ ਹੋਏਗਾ, ਲੇਕਿਨ ਸਭ ਤੋਂ ਵੱਡਾ ਅਜ਼ਾਬ ਔਰ ਸਭ ਤੋਂ ਸ਼ਦੀਦ ਕਿਸਮ ਦਾ ਅਜ਼ਾਬ ਪਤਾ ਜੇ ਕਿਸ ਬੰਦੇ ਨੂੰ ਹੋਣਾ ਹੈ ਕਿ ਜਿਸ ਬੰਦੇ ਨੇ ਆਪਣੇ ਹੱਥੀ ਕਿਸੇ ਅੱਲਾ ਦੇ ਨਬੀ ਨੂੰ ਕਤਲ ਕਰ ਦਿੱਤਾ, ਤੇ ਯਾ ਉਹ ਬਦ ਨਸੀਬ ਕਿਸੇ ਨਬੀ ਦੇ ਹੱਥੋਂ ਆਪ ਕਤਲ ਹੋ ਗਿਆ। ਇਸ ਬਦ ਨਸੀਬ ਨੂੰ ਸਭ ਤੋਂ ਜ਼ਿਆਦਾ ਅਜ਼ਾਬ ਹੋਏਗਾ। ਇਸ ਜ਼ਾਲਿਮ ਨੇ ਮੇਰੇ ਪਾਕ ਪੈਗੰਬਰ ਅਲੈਹਿ ਸਲਾਤ ਵਸਲਾਮ ਤੇ ਵਾਰ ਕੀਤਾ, ਲੋਹੇ ਦੇ ਖੌਦ ਦੀਆਂ ਕੜੀਆਂ ਮੇਰੀ ਸਰਕਾਰ ਦੇ ਕੰਨ ਪੱਟੀਆਂ ਦੇ ਅੰਦਰ ਖੁੱਭ ਜਾਂਦੀਆਂ ਨੇ, ਖੂਨ ਦੀਆਂ ਤਤੀਰੀਆਂ ਚੱਲਦੀਆਂ ਨੇ ਪਈਆਂ, ਆਪ ਦਾ ਸਰ ਮੁਬਾਰਕ ਲਓ ਲੋਹਾਨ, ਸਾਹਮਣੇ ਵਾਲੇ ਦੰਦਾਂ ਨੇ ਮੁਬਾਰਕ ਮੇਰੇ ਮਹਿਬੂਬ ਪੈਗੰਬਰ ਦੇ ਸ਼ਹੀਦ ਹੋ ਚੁੱਕੇ ਨੇ। ਸਹਾਬਾ ਨੇ ਮੇਰੀ ਸਰਕਾਰ ਨੂੰ ਉਠਾਇਆ, ਉਹ ਦੀ ਇੱਕ ਘਾਟੀ ਦੇ ਅੰਦਰ ਲਿਜਾ ਕੇ ਠਹਿਰਾਇਆ, ਹਜ਼ੂਰ ਅਲੈਹਿ ਸਲਾਮ ਦੇ ਜ਼ਖਮਾਂ ਨੂੰ ਸਾਫ਼ ਕੀਤਾ ਜਾ ਰਿਹਾ ਹੈ। ਹੁਣ ਮੈਦਾਨ ਜੰਗ ਦੇ ਅੰਦਰ ਅਬੂ ਸੁਫੀਆਨ ਆਇਆ, ਅਬੂ ਸੁਫੀਆਨ ਮੈਂ ਤੇ ਕਹਾ ਕਰ ਬੜਾ ਹੀ ਅਜੀਬ ਆਦਮੀ ਹੈ, ਅਜ਼ੀਮ ਵੀ ਬੜਾ ਹੈ, ਅਜੀਬ ਪਤਾ ਜੇ ਕਹਿੰਦੇ ਸਾਡਾ ਰਸਮੇ ਦੁਨੀਆ ਇਹ ਵੇ ਜਿੱਥੇ ਬੇਟੀ ਦੇ ਦਈਏ ਉੱਥੇ ਮਾਪਿਆਂ ਦੀ ਖਾਹਿਸ਼ ਹੁੰਦੀ ਹੈ, ਸਾਡੇ ਦਮਾਦ ਨੂੰ ਦੁੱਖ ਕੋਈ ਨਾ ਆਏ, ਸਾਡੇ ਜਵਾਈ ਨੂੰ ਤਕਲੀਫ ਕੋਈ ਨਾ ਪਹੁੰਚੇ, ਸਾਡੇ ਦਮਾਦ ਨੂੰ ਪਰੇਸ਼ਾਨੀ ਕੋਈ ਨਾ ਆਏ, ਲੇਕਿਨ ਇਸ ਵਾਸਤੇ ਵਜ੍ਹਾ ਕੀ ਹੈ? ਇਸ ਵਾਸਤੇ ਕਿ ਦਮਾਦ ਦੁਖੀ ਹੋਏਗਾ ਤੇ ਧੀ ਦੁਖੀ ਹੋ ਜਾਏਗੀ, ਮਾਪਿਆਂ ਵਾਸਤੇ ਪਰੇਸ਼ਾਨੀਆਂ ਵੱਧ ਜਾਣਗੀਆਂ। ਅਜੀਬ ਆਦਮੀ ਅਬੂ ਸੁਫੀਆਨ, ਅਬੂ ਸੁਫੀਆਨ ਦੀ ਬੇਟੀ ਮੇਰੇ ਮੁਸਤਫਾ ਦੇ ਨਿਕਾਹ ਵਿੱਚ, ਯਾਨੀ ਆਮ ਰਿਸ਼ਤਾ ਨਹੀਂ, ਸਹੁਰਾ ਜਵਾਈ ਵੀ ਨੇ। ਮੇਰੇ ਪਾਕ ਪੈਗੰਬਰ ਦਾ ਸੁਸਰ ਅਬੂ ਸੁਫੀਆਨ, ਅਬੂ ਸੁਫੀਆਨ ਮੇਰੇ ਪਾਕ ਪੈਗੰਬਰ ਅਲੈਹਿ ਸਲਾਤ ਵਸਲਾਮ ਦੇ ਨਾਲ, ਇਸ ਦੇ ਬਾਵਜੂਦ ਇੰਨੀ ਮੁਖਾਲਫਤ ਕਰਦਾ ਹੈ, ਸਿਰਫ ਆਪ ਲੜਦਾ ਹੀ ਨਹੀਂ ਬਲਕਿ ਕਮਾਂਡਰ ਇਨ ਚੀਫ ਦੇ ਤੌਰ ਤੇ ਫੌਜਾਂ ਨੂੰ ਮੇਰੇ ਪੈਗੰਬਰ ਨਾਲ ਲੜਾਉਂਦਾ ਹੈ। ਹਰ ਮੁਮਕਨ ਕੋਸ਼ਿਸ਼ ਤੇ ਖਾਹਿਸ਼ ਹੁੰਦੀ ਹੈ ਕਿ ਮੁਹੰਮਦ ਦਾ ਕਲਾ ਕਮਾ ਕਰ ਦਿੱਤਾ ਜਾਏ, ਅਸਤਗਫਿਰੁੱਲਾ। ਹਾਂ, ਅਲਬਤਾ ਕਿਸਮਤ ਚੰਗੀ, ਨਸੀਬੇ ਨੇ ਯਾਵਰੀ ਕੀਤੀ ਤੇ ਫਤਿਹ ਮੱਕਾ ਦੇ ਮੌਕੇ ਤੇ ਅਬੂ ਸੁਫੀਆਨ ਵੀ ਆਉਂਦਾ, ਅਸ਼ਹਾਦ ਅੱਲਾ ਇਲਾਹਾ, ਪੜ ਲੋ ਲਾ ਇਲਾਹਾ। ਅਬੂ ਸੁਫੀਆਨ ਵੀ ਫਤਿਹ ਮੱਕਾ ਦੇ ਮੌਕੇ ਤੇ ਮੇਰੇ ਪਾਕ ਪੈਗੰਬਰ ਅਲੈਹਿ ਸਲਾਮ ਦਾ ਤਾਬੇਦਾਰ ਬਣ ਜਾਂਦਾ ਹੈ। ਅੱਲਾ ਅੱਲਾ, ਅਬੂ ਸੁਫੀਆਨ ਅਜੇ ਕੁਫਰ ਦੀ ਹਾਲਤ ਵਿੱਚ, ਮੁਸਲਮਾਨ ਨਹੀਂ ਹੋਇਆ, ਅਜੇ ਕੁਫਰ ਦੀ ਹਾਲਤ ਦੇ ਅੰਦਰ ਇੰਜ ਮੈਦਾਨ ਉਹਦ ਵਿੱਚ ਆ ਕੇ ਆਪਣੇ ਘੋੜੇ ਤੇ ਸਵਾਰ ਬੈਠਾ ਹੋਇਆ, ਆ ਕੇ ਲਲਕਾਰਾ ਮਾਰਦਾ ਪਿਆ, ਬੜਕਾ ਮਾਰਦਾ ਪਿਆ, ਆਂਦਾ ਉਹ ਦੱਸੋ ਤੁਹਾਡੇ ਚ ਮੁਹੰਮਦ ਹੈ ਵੇ? ਸੱਲੱਲਾਹੁ ਅਲੈਹਿ ਵਸੱਲਮ। ਮੇਰੇ ਆਕਾ ਅਲੈਹਿ ਸਲਾਮ ਨੇ ਸਿਹਾਬਾ ਨੂੰ ਫਰਮਾਇਆ, ਜਵਾਬ ਨਹੀਂ ਦੇਣਾ,
ਇਹਨੂੰ ਬੋਲਣ ਦਿਓ ਜਵਾਬ, ਤੁਸੀਂ ਤੇ ਬੋਲੋ ਤੁਹਾਡੀ ਖੈਰ ਹੈ, ਜਵਾਬ 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 ਨਹੀਂ ਦੇਣਾ। ਅਬੂ ਸੁਫੀਆਨ ਕਹਿਣ ਲੱਗਾ ਅਫੀਕੁਮ, ਹੁਣ ਜ਼ਰਾ ਤਵੱਜੋ ਉਸ ਗੱਲ ਤੇ ਕਰਿਆ ਜੇ ਜਿਹੜੀ ਮੈਂ ਸਮਝਾਉਣਾ ਚਾਹਨਾ। ਅਬੂ ਸੁਫੀਆਨ ਕਹਿ ਰਿਹਾ ਕਿਆ ਤੁਹਾਡੇ ਚ ਮੁਹੰਮਦ ਹੈ ਵੇ ਅਲੈਹ ਸਲਾਤੁ ਵਸਲਾਮ, ਖਾਮੋਸ਼ੀ ਏ ਜਵਾਬ ਨਹੀਂ ਦਿੱਤਾ। ਹੁਣ ਅਗਲੀ ਗੱਲ ਕੀ ਕਰਦਾ, ਅਫੀਕੁਮ ਅਬੂ ਬਕਰ, ਕਿਆ ਤੁਹਾਡੇ ਵਿੱਚ ਅਬੂ ਬਕਰ ਹੈ ਵੇ। ਪਤਾ ਲੱਗਾ ਅਬੂ ਸੁਫੀਆਨ ਹੈ ਤੇ ਕਾ ਫਰੇ, ਪਰ ਇਹਨੂੰ ਵੀ ਪਤਾ ਨਬੂਵਤ ਦੇ ਬਾਅਦ ਨੰਬਰ ਸਦਾਕਤ ਦਾ ਹੀ ਏ, ਨਬੂਵਤ ਦੇ ਬਾਅਦ ਨੰਬਰ ਨਬੂਵਤ ਦੇ ਬਾਅਦ ਨੰਬਰ ਸਦਾਕਤ ਦਾ ਹੀ ਏ। ਆਮਿਨਾ ਦੇ ਲਾਲ ਦੇ ਬਾਰੇ ਸਵਾਲ ਕਰਕੇ ਆਉਂਦਾ ਏ, ਇਹ ਦੱਸੋ ਤੁਹਾਡੇ ਚ ਮੁਹੰਮਦ ਹੈ ਵੇ, ਚੁੱਪ, ਕਿਆ ਤੁਹਾਡੇ ਚ ਅਬੂ ਬਕਰ ਹੈ ਵੇ। ਹੁਣ ਜਨਾਬ ਅਜੇ ਵੀ ਖਾਮੋਸ਼ੀ ਏ। ਅਫੀਕੁਮ ਉਮਰ, ਓਏ ਉਮਰ ਹੈ ਤੁਹਾਡੇ ਚ, ਕੋਈ ਜਵਾਬ ਨਾ ਦਿੱਤਾ। ਤੇ ਅਬੂ ਸੁਫੀਆਨ ਕਹਿਣ ਲੱਗਾ ਇਹਦਾ ਮਤਲਬ ਏ ਸਾਰੇ ਹੀ ਕੰਮ ਆ ਗਏ ਨੇ, ਸਾਰੇ ਹੀ ਫੌਤ ਹੋ ਗਏ ਨੇ, ਸ਼ਹੀਦ ਹੋ ਗਿਆ ਨੇ ਮਾਜ਼ ਅੱਲਾ। ਤੇ ਹੁਣ ਕਹਿਣ ਲੱਗਾ ਓ ਲੋ ਹੁਬੁਲ, ਲਓ ਫਿਰ ਅੱਜ ਸਾਡੇ ਹੁਬੁਲ ਦੀ ਜੈ ਵੇ, ਅੱਜ ਸਾਡੇ ਹੁਬੁਲ ਦਾ ਨਾਮ ਹੀ ਸਭ ਨਾਲੋਂ ਉੱਚਾ ਏ। ਮੇਰੇ ਆਕਾ ਫਰਮਾਉਂਦੇ ਨੇ ਉਮਰ ਹੁਣ ਬੋਲਦਾ ਨਹੀਂ ਹੋ, ਉਮਰ ਹੁਣ ਬੋਲਦਾ ਨਹੀਂ। ਹਜ਼ੂਰ ਆਪੇ ਹੀ ਤੇ ਤੁਸਾਂ ਮਨਾ ਫਰਮਾਇਆ, ਆਪੇ ਹੀ ਤੁਸਾਂ ਮਨਾ ਕੀਤਾ। ਆ ਫਰਮਾਉਂਦੇ ਨੇ ਜਬ ਤੱਕ ਮੇਰੀ ਜ਼ਾਤ ਦਾ ਤਾਂ ਅਲੱਗ ਸੇ ਵਾਰ, ਓਨੀ ਦੇਰ ਖਾਮੋਸ਼ੀ ਵਾਰੇ ਚ ਸੇ, ਅਬੂ ਬਕਰ ਦੀ ਵਾਰੀ ਖਾਮੋਸ਼ੀ ਵਾਰੇ ਚ ਸੇ, ਉਮਰ ਤੇਰੀ ਵਾਰਾ ਖਾਮੋਸ਼ੀ ਬਿਹਤਰ ਸੇ। ਪਰ ਹੁਣ ਇਹਨੇ ਅੱਲਾ ਦੀ ਤੋਹੀਦ ਨੂੰ ਜਾ ਹੱਥ ਪਾਇਆ, ਮੇਰੇ ਪੈਗੰਬਰ ਨੇ ਸਾਬਤ ਕੀਤਾ ਹੈ ਕਿ ਅਸੀਂ ਆਪਣਾ ਅੰਗ ਅੰਗ ਕਟਵਾ ਸਕਨੇ ਆ, ਲੇਕਿਨ ਰੱਬ ਦੀ ਤੋਹੀਦ ਤੇ ਆਂਚ ਨਹੀਂ ਆਉਣ ਦੇਵਾਂਗੇ। ਪਿਆਰੇ ਪੈਗੰਬਰ ਅਲੈਹਿ ਸਲਾਤੁ ਵਸਲਾਮ ਫਰਮਾਉਂਦੇ, ਉਮਰ ਜਵਾਬ ਦੇ, ਆਖਾਂ ਕੀ ਆਖਾਂ। ਫਰਮਾਇਆ ਅਬੂ ਸੁਫੀਆਨ ਕੀ ਆਂਦਾ, ਆਂਦਾ ਓ ਲੋ ਹੁਬੁਲ, ਹੁਬੁਲ ਦੀ ਜੈ, ਹੁਬੁਲ ਦਾ ਨਾਮ ਉੱਚਾ। ਤੇ ਜਨਾਬ ਉਮਰ ਫਰਮਾਉਂਦੇ ਨੇ ਅੱਲਾਹੁ ਆਲਾ ਵਾਜਲ, ਨਾਮ ਹੁਬੁਲ ਦਾ ਉੱਚਾ ਨਹੀਂ, ਨਾਮ ਅਰਸ਼ ਵਾਲੇ ਖੁਦਾ ਦਾ ਹੀ ਉੱਚਾ ਏ। ਓ ਲੋ ਹੁਬੁਲ ਨਹੀਂ, ਅੱਲਾਹੁ ਆਲਾ ਵਾਜਲ। ਅਬੂ ਸੁਫੀਆਨ ਦੇ ਕੰਨ ਖੜੇ ਹੋਏ, ਉਹਨੇ ਆਖਿਆ ਓਏ ਹੈ ਓ ਜਿਉਂਦੇ ਹੀ ਓ, ਪਰ ਮੈਂ ਹਾਂ ਅਲਹਮਦੁਲਿਲਾ ਸਾਰੇ ਹੀ ਜ਼ਿੰਦਾ ਸਲਾਮਤ ਨੇ। ਆਂਦਾ ਲਨਾ ਉਜ਼ਾ ਵਲਾ ਉਜ਼ਾ ਲਕੁਮ, ਫਿਰ ਗੱਲ ਸੁਣ ਲਓ, ਉਜ਼ਾ ਸਾਡਾ, ਉਜ਼ਾ ਵੀ ਬੋਤੇ, ਉਜ਼ਾ ਸਾਡਾ ਬੋਤੇ, ਸਾਡਾ ਮਦਦਗਾਰ ਏ, ਤੁਹਾਡਾ ਨਹੀਂ। ਸਿਆਬਾਂ ਦੇ ਹੋਣਗੇ, ਤੂੰ ਹੀ ਲੈ ਜਾ, ਅਸੀਂ ਇਹਨੂੰ ਸਿਰ 'ਚ ਮਾਰਨਾ, ਅੱਲਾ ਸਾਡਾ ਮਦਦਗਾਰ ਏ, ਕਾਫਰਾਂ ਦਾ ਮਦਦਗਾਰ ਨਹੀਂ। ਪਰਵਾਨੇ ਹੋ, ਜਿਹੜੀ ਗੱਲ ਮੈਂ ਸਮਝਾਉਣਾ ਚਾਹਨਾ, ਅਬੂ ਸੁਫੀਆਨ ਕਾਫਰ ਹੋਣ ਦੇ ਬਾਵਜੂਦ ਉਹਦੇ ਜ਼ਿਹਨ ਵਿੱਚ ਖਾਕਾ ਤੇ ਤਸੱਵਰ ਏਵੇ, ਪਹਿਲਾ ਨੰਬਰ ਨਬੂਵਤ ਦਾ ਏ, ਦੂਜਾ ਨੰਬਰ ਸਦਾਕਤ ਦਾ ਏ। ਮੈਂ ਕੁਰਬਾਨ ਜਾਵਾਂ, ਥੋੜਾ ਜਿਹਾ ਤੁਹਾਨੂੰ ਅੱਗੇ ਲੈ ਚੱਲਾਂ, ਆਮਿਨਾ ਦੇ ਲਾਲ ਅਲੈਹਿ ਸਲਾਤੁ ਵਸਲਾਮ ਦੀ ਜ਼ਾਤ ਏ ਗਿਰਾਮੀ। ਹਜ਼ੂਰ ਅਲੈਹਿ ਸਲਾਮ ਦੇ ਕੋਲ ਇੱਕ ਬੀਬੀ ਆਈ ਮਸਲਾ ਪੁੱਛਣ ਵਾਸਤੇ। ਆਪ ਫਰਮਾਉਂਦੇ ਨੇ ਬੀਬੀ ਹੁਣ ਮੈਂ ਮਸਰੂਫ ਹਾਂ ਜਾਂ ਸਫ਼ਰ 'ਤੇ ਜਾ ਰਿਹਾ ਵਾਂ, ਫਿਰ ਕਿਸੇ ਵੇਲੇ ਆਈ ਅਤੇ ਫਿਰ ਮਸਲਾ ਪੁੱਛ ਲਈ। ਬੀਬੀ ਆਉਂਦੀ ਹੈ, ਹਜ਼ੂਰ ਮੈਂ ਟੁਰ ਜਾਂਦੀ ਹਾਂ, ਫਿਰ ਆ ਜਾਵਾਂਗੀ, ਅਤੇ ਅੱਲਾ ਦੇ ਨਬੀ ਦੀ ਜੇ ਤੁਸੀਂ ਮੈਨੂੰ ਨਾ ਮਿਲੇ, ਹਦੀਸ ਪਾਕ ਦੇ ਅਲਫਾਜ਼ ਨੇ, ਜੇ ਤੁਸੀਂ ਮੈਨੂੰ ਨਾ ਮਿਲੇ, ਮਤਲਬ ਇਹ ਸੀ ਕਿ ਸੋਹਣਿਆ ਮੇਰੇ ਆਉਣ ਤੋਂ ਪਹਿਲਾਂ ਜੇ ਤੁਸੀਂ ਵਫਾਤ ਪਾ ਗਏ। ਮੇਰੇ ਆਕਾ ਫਰਮਾਉਂਦੇ ਨੇ ਬੀਬੀ
जे मैं ना मिला ते अबू बकर नू पूछ लवी, मैं ना मिला। ओए अबू बकर दे ईमान ते शक करना, अबू बकर दे खिलाफ जबाने तान नू दराज करना, मैनु रब्बे जुल जलाल दी कसम है, अहले हदीस अगरचे लड़ाई दा कायल नहीं, झगड़े दा कायल नहीं, फितने दा कायल नहीं, इख्तलाफ दा कायल नहीं, दंगा फसाद दा कायल नहीं, असी इस दे बावजूद के लिसानी जद दे कायल नहीं, फिरका वरी जद दे कायल नहीं, असी सुबाई जद दे कायल नहीं, लेकिन इस दे बावजूद अहले हदीस कट जाना गवारा कर लेगा, लेकिन पैगंबर दे सहाबा दी अजमत ते आ चाउना गवारा नहीं करेगा। मेरे आका जनाब मोहम्मद कादियो सल्लल्लाहु अलैहि वसल्लम हुजूर अली सलाम फरमा दे रहे, मैं ना होवा ते अबू बकर को लो आके मसला पूछ ले, दरियाफ्त कर ले। नंबर एक। नंबर दो, प्यारे पैगंबर अली सलाम तशरीफ फरमाने जा रहे ने, नाल सिद्दीक इधरों फारूक ने ते जनाब उस्मान ने ते कायनात दे इमाम ओहद पहाड़ ते तशरीफ लगा। एंज ना सज्जे सिद्दीक खब्बे फारूक, बल्कि एक रवायत दे अंदर मौजूद है नबी अली सलाम मस्जिद नबवी दे अंदर एंज सज्जे हाथ विच अबू बकर दा हाथ पकड़े है। सुभान अल्लाह, ऐसी यारी अल्लाह ने बनाई जोड़ी आज तक नबी दे नाल है, कयामत तक नबी दे नाल ही रह। जिन्हों रब जोड़े कोई तोड़ सकता है? एंज सज्जे हाथ में जनाबे अबू बकर दा हाथ है, खब्बे हाथ में जनाबे उमर दा हाथ है। ते मेरे आका फरमांदे ने हा कजा नुबासो यौमल कियामा, हा कजा नुबासो यौमल कियामा, जिवें अज असी कठे आ कियामत नू इंज कठे ही उठाए जावांगे। और इत्थे ही बस नहीं, आपने फरमाया असी इथों उठ के ना ते बकी दे कब्रस्तान वाल जावांगे, बकीउल गरकत दी तरफ जावांगे, ते फिर बकी वालिया नू नाल लवांगे। पता ए लगा दरमियान च मुस्तफा सज्जे सिद्दीक ने खब्बे फारूक ने बकी विच चले गए ने, बकी चो मेरा उस्मान उठेगा रजी अल्लाह ताला, बकी दे कब्रस्तान चो मेरा उस्मान उठेगा। ओए अहले हदीसो किस्मत मुकद्दर दी गल, बकी दे कब्रस्तान विचों जिथों मेरा उस्मान उठेगा, उस्मान दे कदमा चो अल्लामा एहसान उठेगा। बकी दे कब्रस्तान चो जिथों प्यारा उस्मान उठेगा, उस्मान दे कदमा चो अल्लामा एहसान उठेगा। मैं कुर्बान ते सदके जावा, आज आका ओहद पहाड़ ते तशरीफ फरमाने, पहाड़ विच जरा लरजा पैदा होया, जलजला पैदा होया, और मैं ते कहांगा जलजला का दा आउना से पहाड़ खुशी नाल झूम उठा होएगा, पहाड़ खुशी नाल झूम उठा होएगा, कि मेरे ते कायनात दे इमाम तशरीफ ले आए, मेरे ते सिद्दीको फारूक आ गया, ते मेरे आका ने इंज अपना नबुवत वाला कदम मुबारक पहाड़ दे मारिया। आप फरमांदे ने उस बुत ओहद, उस बुत ओहद, ओहद रुक जा, ओहद ठहर जा, तैनू पता नहीं लगन दिया। फा इन्नमा अलैका नबीयुन, तरतीब सोने ज़हन च रखे आ दे, फा इन्नमा अलैका नबीयुन व सिद्दीक व शहीदा, ए
ओहद रुक जा ठहर जा, तैनू नहीं पता पे लगदा तेरे ते एक नबी खड़ा है दूजा दूजा तुहानू चेता भुल गया दूजा तवज्जो ते रखो दूजा एक तेरे ते नबी खड़ा है दूजा तेरे ते सिद्दी खड़ा है ते सोनिया कुर्बान तुहाडी अजमतों आप ऐलान फरमा रहे ने के दो तेरे ते शहीद खड़े ने पता लगा कुरान दी तरतीब नबुवत दे बाद सदाकत कुफर दे बावजूद अबू सुफियान दे ज़ेहन अंदर तरतीब नबुवत दे बाद सदाकत आमिना दे लाल अली सलाम दी सुन्नत ते फरमान ते ज़बान तो पहला नंबर नबुव्वत दा ते दूजा सदाकत दा और इसे वास्ते साडी दावत ते साडा पैगाम है असीं आने आ बाद नबियां चों सारे जहान विचों बाद नबियां दे कुल जहान विचों ते उची शान जनावे सिद्दीक दिए कुल नबियां चों सारे जहान विचों बाद नबियां दे कुल जहान विचों उची शान जनावे सिद्दीक दिए जिसम पाक रूह पाक ते पाक सीना जिसम पाक रूह पाक ते पाक सीना जान पाक जनाबे सिद्दीक दिए सतर तारीख इस्लाम अंदर एक एक सतर तारीख इस्लाम अंदर मदा खान जनाबे सिद्दीक दिए रब्बानी चमक दे शान इस्लाम अंदर रब्बानी चमक दे शान इस्लाम अंदर आन बान जनाबे सिद्दीक दिए मेरे ते तुहाडे आका जनाबे मुहम्मद सल्लल्लाहु अलैहि वसल्लम अल्लाह जिथे तेरे पाक पैगंबर लेटे ने उन्हां दे रोजे पाक ते करोड़ा रहमत नाजल फरमान पता लगा नबुव्वत दे बाद सदाकत दा नंबर और क्यों ना होए सिद्दीक ते ओ हस्ती है सहाबा जिन्ने भी आए ने ना कलमा हुजूर अली सलाम दा पढ़िया सारे ही जन्नती ने बड़ी शान वाले मर्तबे वाले आला मकाम वाले लेकिन किसे ने मेरे मुस्तफा अलैहि सलाम आप दा खिताब सुने है, आप दा वाज सुने है, आप दा मोजज़ा वेखे है, ते मुसलमान होए ने अबू बकर तेरी अजमत तो कुर्बान जावा मुस्तफा ने फरमाया अबू बकर अल्लाह एक ते गवाही दे मैं अल्लाह दा रसूल हाँ अलैहि सलाम ते अबू बकर ने ए नहीं आख्या हुजूर कोई दलील ते ले आओ कोई मोजज़ा ते दिखाओ कोई हुज्जत ते ले आओ कोई बुरहान ते पेश करो ना 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 मुस्तफा ने फरमा दिता अबू बकर ने कलमा पढ़ के सुना दिता मेरे आका अली सलाम कदम कदम ते अबू बकर दे नाल मुहब्बत एवें नहीं फरमा एक दिन हजरत अबू बकर ते जनाब उमर रजी अल्लाह ताला आपस में जरा तलखी हो गई एक थान रहिंदे आ हो ही जांदी है जरा तलखी हो गई ते हजरत अबू बकर ने महसूस भी किया कि पहल मेरे वालों हुई है गलती मेरे वालों हुई है ते फरमान लगे उमर तेरी मेहरबानी यार मैं माजरत खावा मेरे को ज्यादती हो गई है हजरत उमर फरमा दे ने मैं नहीं माफ़ करदा
ਮੈਂ ਨਹੀਂ ਮਾਫ ਕਰਦਾ। ਸਾਡਾ ਤੇ ਹੁਣ ਖੈਰ ਨਾਲ ਮਾਹੌਲ ਹੀ ਇੰਜਦਾ ਨਾ, ਪਿਓ ਪੁੱਤਰ ਨਾਲ ਜ਼ਰਾ ਮਾੜੀ ਜਿਹੀ ਤਲਖੀ ਹੋ ਜਾਏ ਨਾ ਤੇ ਮੁੰਡੇ ਦੀ ਕੋਸ਼ਿਸ਼ ਹੁੰਦੀ ਹੈ ਅੱਬਾ ਹੀ ਮੇਰੇ ਕੋਲੋਂ ਮਾਫੀ ਮੰਗੇ। ਮੈਂ ਚੰਗਾ ਭਲਾ ਇਲਾਕੇ 'ਚ ਮੇਰੀ ਪਹਿਚਾਣ ਹੈ, ਲੋਕ ਮੈਨੂੰ ਉੱਠ ਉੱਠ ਸਲਾਮਾਂ ਪੇਸ਼ ਕਰਦੇ ਨੇ, ਅੱਬੇ ਦਾ ਹੱਕ ਹੈ ਮੇਰੇ ਕੋਲੋਂ ਮਾਫੀ ਮੰਗੇ। ਵੱਡੇ ਛੋਟੇ ਦੇ ਦਰਮਿਆਨ ਕੋ ਮਾੜੀ ਜਿਹੀ ਤਲਖੀ ਹੋ ਜਾ, ਉਹਦੀ ਇਹ ਕੋਸ਼ਿਸ਼ ਹੁੰਦੀ ਹੈ। ਮਸਜਿਦ ਦਾ ਖਤੀਬ ਹੈ ਉਹ ਮੇਰੇ ਪੈਰਾਂ 'ਚ ਆ ਕੇ ਪਵੇ, ਭਾਵੇਂ ਮਸਜਿਦ ਦਾ ਅਮੀਰ ਹੈ ਉਹ ਮੇਰੇ ਆ ਕੇ ਤਰਲੇ ਕਰੇ ਤੇ ਮਾਜ਼ਰਤ ਕਰੇ, ਵਾਹ ਨਬੀ ਦਿਓ ਗੁਲਾਮੋ ਮੈਂ ਤੁਹਾਡੇ ਹੌਸਲੇ ਤੋਂ ਕੁਰਬਾਨ ਜਾਊਂ। ਅਬੂ ਬਕਰ ਫਰਮਾਉਂਦੇ ਨੇ ਉਮਰ ਮੇਰੇ ਕੋਲ ਗਲਤੀ ਹੋ ਗਈ ਹੈ, ਮੈਂ ਮਾਜ਼ਰਤ ਖਾਂ, ਮਾਫ਼ ਕਰ ਦੇ। ਗੁੱਸਾ ਚੜ੍ਹਿਆ ਸੀ, ਫਰਮਾਨ ਲੱਗੇ ਮੈਂ ਨਹੀਂ ਮਾਫ਼। ਤੁਹਾਨੂੰ ਪਤਾ ਨਾ ਹਜ਼ਰਤ ਉਮਰ ਤਬੀਅਤ ਹੀ ਬੜੀ ਜਜ਼ਬਾਤੀ, ਹਰ ਵੇਲੇ ਡਾਂਗ ਹੀ ਚੁੱਕੀ ਰੱਖਦੇ ਨੇ। ਹਾਂ ਮੈਂ ਨਹੀਂ ਮਾਫ਼ ਕਰਦਾ। ਹਜ਼ਰਤ ਅਬੂ ਬਕਰ ਫਰਮਾਉਂਦੇ ਨੇ ਅੱਛਾ ਤੂੰ ਨਾ ਮਾਫ਼ ਕਰਦਾ ਤੇ ਮੈਂ ਚੱਲਾਂ ਫਿਰ ਉਸਤਾਦ ਜੀ ਕੋਲ। ਕਿਹਦੇ ਕੋਲ? ਮਾਸ਼ਾਅੱਲਾ ਮੌਲਾਨਾ ਸ਼ਫੀਕ ਰਹਿਮਾਨ ਚਿਸ਼ਤੀ ਸਾਹਿਬ। ਮੂੰਹ ਖੋਲ ਦੇ ਬੱਬਰ ਸ਼ੇਰਾ, ਤੂੰ ਕਿਵੇਂ ਮੂੰਹ ਬਲੇਟਿਆ? ਹਾਂਜੀ ਤਵੱਜੋ ਫਰਮਾਣਾ ਜ਼ਰਾ। ਜਨਾਬ ਸਿੱਦੀਕ ਫਰਮਾਉਂਦੇ ਨੇ ਨਹੀਂ ਨਾ ਮਾਫ਼ ਕਰਦਾ, ਮੈਂ ਚੱਲਾਂ ਉਸਤਾਦ ਜੀ ਕੋਲ। ਉਸਤਾਦ ਕੌਣ? ਮੁਹੰਮਦ ਮੁਸਤਫਾ ਨੇ ਸੱਲੱਲਾਹੁ। ਉਸ ਉਸਤਾਦ ਤੋਂ ਮੈਂ ਸਾਰੀ ਕਾਇਨਾਤ ਕੁਰਬਾਨ ਕਰਦੇ ਹਾਂ ਔਰ ਉਹਨਾਂ ਸ਼ਾਗਿਰਦਾਂ ਦੀ ਅਜ਼ਮਤ ਤੋਂ ਮੈਂ ਸਾਰਾ ਜਹਾਨ ਕੁਰਬਾਨ ਕਰਦੇ ਹਾਂ। ਹਜ਼ੂਰ ਕੋਲ ਆਏ ਸੋਹਣਿਆ, ਪਹਿਲ ਮੇਰੇ ਵੱਲੋਂ ਹੀ ਉਂਝ ਹੋਈ ਹੈ ਅਤੇ ਉਮਰ ਨਾਰਾਜ਼ ਹੋ ਗਿਆ ਨੇ, ਮੈਂ ਮਾਫ਼ੀ ਵੀ ਮੰਗੀ ਹੈ ਅਤੇ ਉਮਰ ਨੇ ਮੈਨੂੰ ਮਾਫ਼ ਨਹੀਂ ਕੀਤਾ। ਅਜੇ ਇਹ ਗੱਲਾਂ ਬਾਤਾਂ ਹੋਣ ਡਈਆਂ ਨੇ ਅਤੇ ਹਜ਼ਰਤ ਉਮਰ ਨੇ ਵੀ ਮਹਿਸੂਸ ਕੀਤਾ ਬਈ ਅਬੂ ਬਕਰ ਨੇ ਚਲੋ ਗੱਲ ਕਰ ਹੀ ਲਈ ਹੈ, ਚਲੋ ਭਾਵੇਂ ਉੱਧਰੋਂ ਪਹਿਲ ਹੋ ਹੀ ਗਈ ਹੈ ਅਤੇ ਉਹਨੇ ਮੇਰੇ ਕੋਲ ਮਾਫ਼ੀ ਮੰਗੀ ਹੈ ਅਤੇ ਮੈਂ ਮਾਫ਼ ਨਹੀਂ ਕੀਤਾ, ਇਹ ਮੇਰੇ ਕੋਲ ਮਾੜਾ ਕੰਮ ਹੋ ਗਿਆ। ਹੁਣ ਅਬੂ ਬਕਰ ਨੂੰ ਲੱਭਣ ਡੈਣ, ਸੁਭਾਨ ਤੇ ਲੱਭਦਿਆਂ ਸਿੱਧੇ ਮੁਸਤਫਾ ਕੋਲ ਜਾ ਪਹੁੰਚੇ ਅਲੈਹਿਸ ਸਲਾਮ। ਜਨਾਬ ਉਮਰ ਨੂੰ ਮੇਰੇ ਪਾਕ ਪੈਗੰਬਰ ਅਲੈਹਿਸ ਸਲਾਮ ਨੇ ਵੇਖਿਆ ਤੇ ਨਬੀ ਦਾ ਚਿਹਰਾ ਗੁੱਸੇ ਨਾਲ ਸੁਰਖ ਹੋ ਜਾਂਦਾ ਏ। ਅਬੂ ਬਕਰ ਹਾਲਾਤ ਨੂੰ ਪਰਖਿਆ, ਵੇਖਿਆ ਭਾਂਪ ਗਿਆ, ਜਲਦੀ ਨਾਲ ਦੋਜ਼ਾਨੂ ਹੋ ਕੇ ਗੋਡਿਆਂ ਭਾਰ ਹੋ ਕੇ ਬਹਿ ਗਿਆ। ਅਰਜ਼ ਕਰਦੇ ਨੇ ਅੱਲਾਹ ਦੇ ਪਿਆਰੇ ਨਬੀ ਜੀ, ਮੇਰੇ ਕੋਲੋਂ ਪੈਲ ਹੋਈਏ, ਉਮਰ ਦਾ ਕਸੂਰ ਕੋਈ ਨਹੀਂ। ਹਜ਼ੂਰ ਮੇਰੇ ਵੱਲੋਂ ਗਲਤੀ ਹੋਈ ਏ, ਉਮਰ ਦਾ ਕਸੂਰ ਕੋਈ ਨਹੀਂ। ਇਸ ਦੇ ਬਾਵਜੂਦ ਮੇਰੇ ਪਾਕ ਪੈਗੰਬਰ ਅਲੈਹਿ ਸਲਾਮ ਫਰਮਾਉਂਦੇ ਨੇ ਔਰ ਤੁਸੀਂ ਅਬੂ ਬਕਰ ਦੇ ਮਸਲੇ 'ਚ ਕਿਉਂ ਮੈਨੂੰ ਠੰਡ ਨਹੀਂ ਪਹੁੰਚਾਉਂਦੇ, ਕਿਉਂ ਅਬੂ ਬਕਰ ਦੇ ਮਸਲੇ ਦੇ ਅੰਦਰ ਤੁਸੀਂ ਬੇਤਯਾਤੀ ਕਰਦੇ ਹੋ? ਤੁਹਾਨੂੰ ਪਤਾ ਨਹੀਂ ਜਦੋਂ ਮੈਂ ਨਬੂਵਤ ਦਾ ਐਲਾਨ ਕੀਤਾ ਉਦੋਂ ਸਾਰਾ ਮੱਕਾ ਮੇਰੀ ਤਕਜ਼ੀਬ ਕਰਦਾ ਸੀ ਪਿਆ ਤੇ ਕੱਲਾ ਅਬੂ ਬਕਰ ਮੇਰੀ ਤਸਦੀਕ ਕਰਦਾ ਸੀ ਪਿਆ। ਸਾਰਾ ਮੱਕਾ ਮੇਰੀ ਤਕਜ਼ੀਬ ਕਰ ਰਿਹਾ ਸੀ ਔਰ ਕੱਲਾ ਅਬੂ ਬਕਰ ਉਦੋਂ ਮੇਰੀ ਤਸਦੀਕ ਕਰ ਰਿਹਾ ਸੀ ਔਰ ਐਸਾ ਨਬੀ ਦੇ ਲੜ ਲੱਗਾ, ਐਸਾ ਨਬੀ ਦੇ ਸੰਗ ਰਲਿਆ ਏ। ਮੇਰੇ ਆਕਾ ਜੇ ਮੱਕੇ 'ਚ ਰਹਿਣੇ ਤੇ ਮੁਸਤਫਾ ਦੇ ਨਾਲ ਹੀ ਅਬੂ ਬਕਰ ਰਹਿਣੇ, ਤੇ ਜੇ ਮੱਕੇ ਉਹ ਜਾਣ ਦਾ ਇਰਾਦਾ ਕਰ ਲਿਆ। ਨਬੀ ਅਲੈਹਿ ਸਲਾਤੁ ਵਸਲਾਮ ਆਪ ਦੀਆਂ ਕੁਛ ਖੂਬੀਆਂ ਦਾ ਤਜ਼ਕਰਾ ਮਾਂ ਜੀ ਖਦੀਜਾ ਨੇ ਫਰਮਾਇਆ ਸੀ, ਕਦੋਂ? ਜਦੋਂ ਨਬੀ ਅਲੈਹਿ ਸਲਾਮ ਗਾਰੇ ਸੌਰ 'ਚੋਂ ਤਸ਼ਰੀਫ ਲਿਆਏ ਔਰ ਆ ਕੇ ਫਰਮਾਇਆ ਸੀ ਜ਼ੰਮੇਲੂਨੀ ਜ਼ੰਮੇਲੂਨੀ ਖਦੀਜਾ, ਮੇਰੇ 'ਤੇ ਕੋਈ ਚਾਦਰ ਪਾ ਦੇ, ਕੱਪੜਾ ਪਾ ਦੇ, ਮੈਨੂੰ ਖੌਫ ਜਿਹਾ ਮਹਿਸੂਸ ਹੋ ਰਿਹਾ। ਜ਼ੰਮੇਲੂਨੀ ਅਤੇ ਬੀਵੀ ਹੋਏ ਸਿਆਣੀ ਅਤੇ ਖਾਮਦ ਦੀਆਂ ਕਈ ਟੈਨਸ਼ਨਾਂ ਖਤਮ ਹੋ ਜਾਂਦੀਆਂ ਅਤੇ ਕਮਲੀ ਬੀਬੀ ਨਾ ਅੱਲਾ ਕਰੇ ਕਿਸੇ ਦੇ ਵੱਸ ਪੈ ਜਾਏ, ਆਮੀਨ ਤੇ ਕਹਿ ਦਿਓ। ਤੁਹਾਡਾ ਸੁੱਖ ਨਾਲ ਵਸਣ ਨੂੰ ਜੀ ਨਹੀਂ ਕਰਦਾ ਜਾਪਦਾ ਪਿਆ, ਕਮਲੀ ਬੀਬੀ ਨਾ ਕਿਸੇ ਦੇ ਵੱਸ ਪੈ ਜਾਏ।
ਕੋ ਕਮਲੀ ਬੀਬੀ ਹੁੰਦੀ ਨਾ ਸਾਡੇ ਕਿ ਉਹ ਆਉਂਦੀ, ਹਾਂ ਹਾਏ ਫਿਰ ਹੁਣ ਕੀ ਹੋਏਗਾ, ਮੈਂ ਤਾਂ ਹੀ ਆਉਂਦੀ ਸਾਂ ਅੱਜ ਸਵੇਰੇ ਸਾਡੇ ਕੋਠੇ 'ਤੇ ਛੱਟੇ ਵੀ ਵੱਜੇ ਜੇ ਖੈਰ ਨਾਲ, ਅਤੇ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਹਾਂ ਅੱਜ ਕਾਲੀ ਬਿੱਲੀ ਵੀ ਸਾਡੇ ਬੂਹੇ ਕੋ ਖੈਰ ਨਾਲ ਲੰਘੀ ਜੇ, ਮੈਂ ਅੱਗੇ ਹੀ ਆਉਂਦੀ ਸਾਂ ਕੋ ਗੜਬੜ ਹੋਣਾ ਲਈਏ। ਵਾਹ ਮਾਂ ਖਦੀਜਾ, ਮੈਂ ਤੇਰੀ ਅਜ਼ਮਤ ਤੋਂ ਕੁਰਬਾਨ ਜਾਵਾਂ। ਆਪ ਪਰੇਸ਼ਾਨ ਜ਼ਰੂਰ ਹੋਈਆਂ ਨੇ ਕਿ ਮਸਲਾ ਕੀ ਹੈ, ਅਤੇ ਖਾਮਦ ਨੂੰ ਕੀ ਕਹਿ ਰਹੀ ਹੈ, ਇੰਨਾ ਕਾਲਾ ਤਾਸਿਲੁਰ ਰਾਹਿਮ ਵਾ ਤਹਮਿਲੁਲ ਕੱਲਾ ਵਾ ਤਕਸਿਬੁਲ ਮਾਦੂਮ। ਆ ਸਾਰੀਆਂ ਖੂਬੀਆਂ ਮਾਂ ਜੀ ਗਿਣਵਾ ਕੇ ਫਰਮਾਉਂਦੀਆਂ ਨੇ, ਮੇਰੇ ਸਰਤਾਜ ਪਰੇਸ਼ਾਨ ਨਾ ਹੋਵੋ, ਜਿਹਦੇ ਵਿੱਚ ਇੰਨੀਆਂ ਖੂਬੀਆਂ ਹੋਣ ਅੱਲਾ ਉਸ ਬੰਦੇ ਨੂੰ ਜ਼ਾਇਆ ਨਹੀਂ ਫਰਮਾਇਆ ਕਰਦੇ। ਇਹ ਖੂਬੀਆਂ ਮਾਂ ਜੀ ਖਦੀਜਾ ਨੇ ਗਿਣਵਾਈਆਂ ਨੇ ਮੁਸਤਫਾ ਦੀਆਂ ਨਬੂਵਤ ਤੋਂ ਪਹਿਲਾਂ ਦੀਆਂ ਨੇ। ਦੂਸਰੇ ਪਾਸੇ ਜਨਾਬ ਅਬੂ ਬਕਰ ਨੂੰ ਦੇਖੀਏ, ਮੱਕਿਓ ਨਿਕਲਣ ਲੱਗੇ ਜਦੋਂ ਪਹਿਲੇ ਹਿਜਰਤ ਦਾ ਪੈਗਾਮ ਮਿਲਿਆ, ਆਮਿਨਾ ਦੇ ਲਾਲ ਅਲੀ ਸਲਾਮ ਦਾ ਗੁਲਾਮ ਮੱਕਿਓ ਨਿਕਲਣ ਲੱਗਾ। ਇਬਨੇ ਦਗਨਾ ਮੱਕੇ ਦਾ ਇੱਕ ਚੌਧਰੀ ਸੀ, ਅੱਗੋਂ ਮਿਲਿਆ ਹਜ਼ਰਤ ਅਬੂ ਬਕਰ ਨੂੰ, ਵੇਖਿਆ ਕਿ ਬੋਰੀਆ ਬਿਸਤਰ ਚੁੱਕਿਆ ਅਬੂ ਬਕਰ ਜਾ ਰਹੇ ਨੇ। ਇਬਨੇ ਦਗਨਾ ਕਹਿਣ ਲੱਗਾ, ਅਬੂ ਬਕਰ ਕਿੱਧਰ? ਕਹਿਣ ਲੱਗੇ, ਇਬਨੇ ਦਗਨਾ, ਤੇਰੀ ਕੌਮ ਮੱਕੇ 'ਚ ਰਹਿਣ ਨਹੀਂ ਦਿੰਦੀ, ਇਹਨਾਂ ਦੁੱਖ ਬੜੇ ਦਿੱਤੇ ਨੇ, ਅਜ਼ਮਾਇਸ਼ਾਂ ਬੜੀਆਂ ਪਹੁੰਚਾਈਆਂ ਨੇ, ਤਕਲੀਫਾਂ ਬੜੀਆਂ ਦਿੱਤੀਆਂ ਨੇ। ਇਬਨੇ ਦਗਨਾ, ਮੈਂ ਮੱਕਾ ਛੱਡ ਕੇ ਹੁਣ ਜਾ ਰਿਹਾ ਵਾਂ। ਇਬਨੇ ਦਗਨਾ ਨੇ ਅੱਜ ਬਾਂਹ ਤੋਂ ਮੇਰੇ ਪਿਆਰੇ ਸਿੱਦੀਕ ਨੂੰ ਫੜਿਆ, ਕਹਿਣ ਲੱਗਾ, ਅਬੂ ਬਕਰ, ਤੇਰੇ ਵਰਗੇ ਅਜ਼ੀਮ ਬੰਦੇ ਨੂੰ ਮੈਂ ਮੱਕਾ ਨਹੀਂ ਛੱਡਣ ਦੇਣਾ। ਹੈ ਕਾਫਰ ਹੈ ਸਾਡੇ ਕੋਲੋਂ ਤੇ ਸਾਡੇ ਮਹੱਲੇਦਾਰ ਤੰਗ ਨੇ ਵੀ ਕਿਹੜੇ ਵੇਲੇ ਇਹ ਜਾਨ ਸਾਡੀ ਛੁੱਟੇ ਤੇ ਇਹ ਮਹੱਲੇ ਚੋਂ ਮਗਰੋਂ ਲੱਥੇ, ਪਰ ਉਹ ਅਬੂ ਬਕਰ ਸਿੱਦੀ ਕਾਫਰ ਨੇ ਫੜਿਆ। ਆਂਦਾ, ਅਬੂ ਬਕਰ, ਮੈਂ ਨਹੀਂ ਤੈਨੂੰ ਜਾਣ ਦੇਣਾ। ਕਿਉਂ? ਉਹ ਖੂਬੀਆਂ ਜਿਹੜੀਆਂ ਮਾਂ ਜੀ ਖਦੀਜਾ ਨੇ ਮੇਰੇ ਪੈਗੰਬਰ ਦੀਆਂ ਗਿਣਵਾਈਆਂ ਨੇ, ਉਹੀ ਖੂਬੀਆਂ ਇਬਨੇ ਦਗਨਾ ਜਨਾਬ ਅਬੂ ਬਕਰ ਦੀਆਂ ਗਿਣਵਾ ਰਿਹਾ। ਅਬੂ ਬਕਰ, ਤੂੰ ਤੇ ਬੜਾ ਅਜ਼ੀਮ ਆਦਮੀ ਹੈ, ਤੇਰੇ ਵਿੱਚ ਖੂਬੀਆਂ ਹੀ ਬੜੀਆਂ ਨੇ। ਇੰਨਾ ਕਾਲਾ ਤਾਸਿਲੁਰ ਰਾਹਿਮ ਵਾ ਤਹਮਿਲੁਲ ਕੱਲਾ ਵਾ ਤਕਸਿਬੁਲ ਮਾਦੂਮ। ਮੇਰੇ ਪਾਕ ਪੈਗੰਬਰ ਨੂੰ ਅੱਲਾਹ ਨੇ ਐਸਾ ਅਜ਼ੀਮ ਸਾਥੀ ਅਤਾ ਫਰਮਾਇਆ। ਫਿਰ ਜਦੋਂ ਹਿਜਰਤ ਦਾ ਮੌਕਾ ਆਇਆ ਨਾ, ਅਬੂ ਬਕਰ ਫਰਮਾਉਂਦੇ ਨੇ, ਹਜ਼ੂਰ, ਜੇ ਇਜਾਜ਼ਤ ਹੋਏ ਤੇ ਮੈਂ ਵੀ ਹਿਜਰਤ ਕਰਕੇ ਚਲਾ ਜਾ। ਆਪ ਫਰਮਾਉਂਦੇ ਨੇ, ਠਹਿਰ ਜਾ, ਹੋ ਸਕਦਾ ਅੱਲਾ ਤੈਨੂੰ ਕੋਈ ਬਿਹਤਰ ਸਾਥੀ ਅਤਾ ਫਰਮਾ ਦੇਵੇ। ਔਰ ਫਿਰ ਇੱਕ ਦਿਨ ਪਿਆਰੇ ਪੈਗੰਬਰ ਜਾ ਸਿੱਦੀਕ ਦੇ ਦਰਵਾਜ਼ੇ ਤੇ ਪਹੁੰਚੇ। ਸੋਹਣਿਆ, ਮੈਨੂੰ ਆਰਡਰ ਕੀਤਾ ਹੁੰਦਾ ਮੈਂ ਹਾਜ਼ਰ ਹੋ ਜਾਂਦਾ, ਖਰੀਅਤ ਤੇ ਹੈ ਵੇ। ਆਪ ਫਰਮਾਉਂਦੇ ਨੇ, ਅਬੂ ਬਕਰ, ਅੱਲਾ ਨੇ ਹਿਜਰਤ ਦਾ ਆਰਡਰ ਦੇ ਦਿੱਤਾ, ਸੋਹਣਿਆ ਉਹ ਤੇ ਤੁਹਾਨੂੰ ਮਿਲਿਆ, ਮੇਰੇ ਵਾਸਤੇ ਕੀ ਹੁਕਮ ਹੈ? ਆਪ ਫਰਮਾਉਂਦੇ ਨੇ, ਅਬੂ ਬਕਰ, ਉਸ ਹਿਜਰਤ ਦੇ ਸਫ਼ਰ ਦਾ ਅੱਲਾ ਨੇ ਤੈਨੂੰ ਮੇਰਾ ਸਾਥੀ ਬਣਾ ਦਿੱਤਾ ਹੈ। ਮਾਂ ਜੀ ਆਸ਼ਾ ਫਰਮਾਉਂਦੀਆਂ ਨੇ, ਮੈਂ ਸੁਣਦੀ ਹੁੰਦੀ ਸਾਂ ਵੀ ਕਿਸੇ ਵੇਲੇ ਖੁਸ਼ੀ ਨਾਲ ਵੀ ਬੰਦੇ ਦੀਆਂ ਅੱਖਾਂ 'ਚੋਂ ਆਂਸੂ ਆ ਜਾਂਦੇ ਨੇ। ਅੱਜ ਮੇਰੇ ਅੱਬੂ ਜੀ ਨਬੀ ਦੇ ਸਾਥ ਦਾ ਸੁਣ ਕੇ ਅੱਖਾਂ 'ਚੋਂ ਖੁਸ਼ੀ ਨਾਲ ਆਂਸੂ ਡੁੱਲ ਪੈਂਦੇ ਨੇ। ਮੇਰੇ ਪਾਕ ਪੈਗੰਬਰ ਅਲੀ ਸਲਾਮ ਨੇ ਜਾ ਕੇ ਅਬੂ ਬਕਰ ਨੂੰ ਆਰਡਰ ਫਰਮਾਇਆ ਹੋਏਗਾ, ਔਰ ਆਰਡਰ ਕੀ ਹੈ? ਕਾਰੀਆਰ ਸਿੱਦੀਕ ਤਿਆਰੀ, ਕਾਰੀਆਰ ਸਿੱਦੀਕ ਤਿਆਰੀ, ਸਾਡੀ ਅਜ਼ਲਾਂ ਤੋਂ ਹੈ ਯਾਰੀ। ਕਾਰੀਆਰ ਸਿੱਦੀਕ ਤਿਆਰੀ, ਸਾਡੀ ਅਜ਼ਲਾਂ ਤੋਂ ਹੈ ਯਾਰੀ, ਹਿਜਰਤ ਦੀ ਮੰਜ਼ਲ ਪਾਰੀ, ਸਾਡੀ ਅਜ਼ਲਾਂ ਤੋਂ ਹੈ ਯਾਰੀ। ਤੇ ਜਨਾਬ ਅਬੂ ਬਕਰ ਅਰਜ਼ ਕਰਦੇ ਹੋਣਗੇ, ਮੇਰੀ ਹਾਜ਼ਰ ਆਕਾ ਜਾਨੇ, ਮੇਰੀ ਹਾਜ਼ਰ ਆਕਾ ਜਾਨੇ, ਜਿੰਦ ਜਾਨ ਕਰਾਂ ਕੁਰਬਾਨੇ, ਮੇਰੀ ਹਾਜ਼ਰ ਆਕਾ ਜਾਨੇ, ਜਿੰਦ ਜਾਨ ਕਰਾਂ ਕੁਰਬਾਨੇ, ਮੇਰੇ ਵਸ ਵਿੱਚ ਨਹੀਂ ਇਨਕਾਰੀ, ਸਾਡੀ ਅਜ਼ਲਾਂ ਤੋਂ ਹੈ ਯਾਰੀ। ਮੇਰੇ ਆਕਾ ਲਈ ਸਲਾਮ ਜਾ ਰਹੇ ਨੇ,
ਮੁਸਤਫਾ ਦੇ ਰੇਸ਼ਮ ਨਾਲੋਂ ਨਰਮ ਪੈਰਾਂ ਦੀਆਂ ਤਲੀਆਂ ਨੁਕੇਲੇ ਪੱਥਰ ਚੁਭ ਚੁਭ ਕੇ ਸ਼ਦੀਦ ਜ਼ਖਮੀ ਹੋ ਜਾਂਦੇ ਨੇ। ਅਬੂ ਬਕਰ ਦੀ ਨਿਗਾਹੇ ਸਦਾਕਤ ਪਈ ਤੇ ਅਰਜ਼ ਕਰਦੇ ਨੇ, ਕਿਉਂ ਸੁੱਜ ਗਏ ਪੈਰ ਨੇ ਤੇਰੇ। ਮਿਰਾਜ ਦੇ ਸਫ਼ਰ ਤੇ ਨਾ ਸਾਥੀ ਜਿਬਰੀਲ ਸੀ ਤੇ ਸਵਾਰੀ ਬੁਰਾਕ ਸੀ। ਅੱਜ ਹਿਜਰਤ ਦਾ ਸਫ਼ਰ ਏ, ਸਾਥੀ ਵੀ ਸਿੱਦੀਕੇ ਤੇ ਸਵਾਰੀ ਵੀ ਸਿੱਦੀਕੇ। ਕਿਉਂ ਸੁੱਜ ਗਏ ਪੈਰ ਨੇ ਤੇਰੇ, ਹੈਨ ਕਿਸ ਲਈ ਕੰਦੇ ਮੇਰੇ। ਸੋਹਣਿਆ ਇਹ ਕਿਹੜੇ ਦਿਨ ਕੰਮ ਆਉਣੇ ਨੇ, ਮੈਂ ਕੁਰਬਾਨ ਜਾਵਾਂ। ਕਿਉਂ ਸੁੱਜ ਗਏ ਪੈਰ ਨੇ ਤੇਰੇ, ਹੈਨ ਕਿਸ ਲਈ ਕੰਦੇ ਮੇਰੇ। ਤੇਰੀ ਬਣ ਜਾਵਾਂ ਅਸਵਾਰੀ, ਸਾਡੀ ਅਜ਼ਲਾਂ ਤੋਂ ਹੈ ਯਾਰੀ। ਮੇਰੇ ਪਾਕ ਪੈਗੰਬਰ ਅਲੈਹਿ ਸਲਾਤੋ ਵਸਲਾਮ ਨੂੰ ਗਾਰੇ ਸੌਰ ਤੱਕ ਆਪਣੇ ਕੰਧਿਆਂ ਤੇ ਬਿਠਾ ਕੇ ਜਨਾਬ ਅਬੂ ਬਕਰ ਨੇ ਪਹੁੰਚਾਇਆ। ਔਰ ਇੰਜ ਅਬੂ ਬਕਰ ਦੀ ਗੋਦ ਅੰਦਰ ਮੇਰੇ ਮੁਸਤਫਾ ਅਲੈਹਿ ਸਲਾਮ ਨੇ ਆਪਣਾ ਸਰ ਮੁਬਾਰਕ ਰੱਖਿਆ ਏ। ਅਬੂ ਬਕਰ ਅਰਜ਼ ਕਰਦੇ ਨੇ, ਸੋਹਣਿਆ ਉਹ ਵੇਖੋ ਦੁਸ਼ਮਣ ਤੇ ਸਿਰ ਤੇ ਆ ਪਹੁੰਚਿਆ, ਮਾੜਾ ਜਿਹਾ ਪੈਰਾਂ ਵੱਲ ਵੇਖੇ ਤੇ ਅਸੀਂ ਨਜ਼ਰ ਪੈ ਜਾਵਾਂਗੇ। ਤੇ ਮੇਰੇ ਆਕਾ ਫਰਮਾਉਂਦੇ ਨੇ, ਇਹ ਪਿਆਰੇ ਅਬੂ ਬਕਰ ਪਰੇਸ਼ਾਨ ਨਾ ਹੋ, ਲਾ ਤਾਹਜ਼ਨ ਇਨ ਅੱਲਾਹ ਮਾਨਾ। ਅਬੂ ਬਕਰ ਗਮ ਨਾ ਕਰ, ਪਰੇਸ਼ਾਨ ਨਾ ਹੋ, ਉਹਨਾਂ ਦੋਵਾਂ ਬੰਦਿਆਂ ਨੂੰ ਡਰ ਕਾਹਦਾ ਜਿਨ੍ਹਾਂ ਨਾਲ ਤੀਸਰਾ ਰੱਬ ਹੋਵੇ, ਰੱਬ ਜੀ ਦੇ ਨਾਲ ਹੋਏ। ਨਬੀ ਅਲੈਹਿ ਸਲਾਮ ਨੇ ਇਹ ਨਹੀਂ ਫਰਮਾਇਆ ਮੂਸਾ ਅਲੈਹਿ ਸਲਾਮ ਦੀ ਤਰ੍ਹਾਂ, ਮਾਏ ਯਾ ਰੱਬੀ, ਮੇਰਾ ਰੱਬ ਮੇਰੇ ਨਾਲ ਹੈ। ਮੂਸਾ ਅਲੈਹਿ ਸਲਾਮ ਦੇ ਨਾਲ ਹੋਰ ਵੀ ਸਾਥੀ ਹੈ ਸਨ, ਲੇਕਿਨ ਫਰਮਾਇਆ ਮਾਏ ਯਾ ਰੱਬੀ, ਮੇਰਾ ਰੱਬ ਮੇਰੇ ਨਾਲ ਹੈ। ਮੇਰੇ ਮੁਸਤਫਾ ਅਲੈਹਿ ਸਲਾਤੋ ਵਸਲਾਮ ਨੇ ਸਿਰਫ ਆਪਣੀ ਜ਼ਾਤ ਦਾ ਤਜ਼ਕਿਰਾ ਨਹੀਂ ਫਰਮਾਇਆ, ਆਪ ਫਰਮਾਉਂਦੇ ਨੇ ਮਾਨਾ ਅਬੂ ਬਕਰ, ਗਮ ਨਾ ਕਰ, ਪਰੇਸ਼ਾਨ ਨਾ ਹੋ, ਅੱਲਾ ਸਾਡੇ ਨਾਲ ਹੈ। ਉਹਨਾਂ ਦੋਵਾਂ ਬੰਦਿਆਂ ਨੂੰ ਡਰ ਕਰਦਾ ਜਿਨ੍ਹਾਂ ਨਾਲ ਤੀਸਰਾ ਰੱਬ ਹੋਵੇ। ਮੇਰੇ ਭਾਈਓ, ਮੇਰੇ ਬਰਾਦਰ, ਮੁਸਤਫਾ ਅਲੈਹਿ ਸਲਾਤੋ ਵਸਲਾਮ ਨੂੰ ਅੱਲਾ ਨੇ ਐਸਾ ਜਾ ਨਿਸਾਰ ਸਾਥੀ ਅਤਾ ਫਰਮਾਇਆ, ਨਬੂਵਤ ਦੇ ਬਾਅਦ ਸਦਾਕਤ ਦਾ ਹਰ ਹਾਲ ਦੇ ਅੰਦਰ ਨੰਬਰ ਹੈ। ਅੱਲਾ ਮੈਨੂੰ ਤੇ ਤੁਹਾਨੂੰ ਸਿੱਦੀਕ ਔਰ ਮੁਸਤਫਾ ਦੇ ਦੀਗਰ ਸਹਾਬਾ ਉਹਨਾਂ ਦੀ ਕਦਰ, ਉਹਨਾਂ ਦੀ ਇੱਜ਼ਤ, ਉਹਨਾਂ ਦਾ ਅਦਬ, ਉਹਨਾਂ ਦਾ ਹਯਾ ਔਰ ਉਹਨਾਂ ਦਾ ਇਹਤਰਾਮ ਕਰਨ ਦੀ ਤੌਫੀਕ ਅਤਾ ਫਰਮਾਏ, ਨਬੀ ਦੇ ਯਾਰਾਂ ਦਾ ਸੱਚਾ ਯਾਰ ਬਣਾਏ, ਕੁਰਾਨ ਸੁਨਤ ਨੂੰ ਸਮਝ ਕੇ ਅਮਲ ਦੀ